ਹੁਣ ਕਲਯੁਗ ਦਾ ਪਸਾਰਾ ਹੋਇਆ, ਬਾਪ ਬੇਟੀ ਇਕੱਠੇ ਨਹੀਂ ਬਹਿ ਸਕਦੇ, ਭੈਣ ਭਰਾ ਨਹੀਂ ਇਕੱਠੇ ਬਹਿ ਸਕਦੇ, ਮਾਂ ਪੁੱਤ ਨਹੀਂ ਇਕੱਠੇ ਬਹਿ ਸਕਦੇ, ਉਹਨਾਂ 'ਚ ਵੀ ਕਾਮ ਦਾ ਜਿਹੜਾ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਅੰਸ਼ ਜਾਗਰਿਤ ਹੋ ਜਾਂਦਾ। ਹਿੰਦੂ ਧਰਮ ਹੈ ਹੀ ਨਹੀਂ, ਕਿਧਰੇ ਵੀ ਹਿੰਦੂ ਨਾਮ ਹੀ ਨਹੀਂ ਹੈ। ਵੀ ਸਿੰਧੂ ਦੇ ਕਿਨਾਰੇ ਵਸਣ ਵਾਲਿਆਂ ਨੂੰ ਬਾਹਰੋਂ ਦੀ ਆਉਣ ਵਾਲਿਆਂ ਨੇ ਸਿੰਧੂ ਕਹਿਣ ਦੀ ਬਜਾਏ ਹਿੰਦੂ ਕਿਹਾ। ਮੇਰੇ ਆਪਦਿਆਂ ਨੇ ਹੀ ਮੈਨੂੰ ਮਾਰਨ ਦੇ ਲਈ 3 ਵਾਰ ਮੁਸਲਮਾਨੀ ਕਲਾਮਾਂ ਕਰਵਾਈਆਂ। ਪੰਜਾਬ ਇੱਕ ਰਾਜ ਨਹੀਂ ਹੈ, ਪੰਜਾਬ ਦੇਸ਼ ਹੈ। ਕਿਉਂਕਿ ਉਰੇ ਅੱਗੇ ਬਹੁਤ ਵੱਡਾ ਇਹ ਮੁੱਦਾ ਚੱਲਿਆ ਆਉਂਦਾ ਹੈ, ਔਰ ਇਸ ਮੁੱਦੇ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਅਸੀਂ ਇੱਕ ਰੌਲਾ ਪਾ ਦਿੰਦੇ ਜੀ ਖਾਲਿਸਤਾਨ ਚਾਹੀਦਾ, ਖਾਲਿਸਤਾਨ ਚਾਹੀਦਾ, ਕਿਉਂਕਿ ਹਿੰਦੁਸਤਾਨ ਦਾ ਤਾਂ ਕਦੀ ਵੰਡ ਹੋਈ ਹੀ ਨਹੀਂ, ਵੰਡ ਹੀ ਪੰਜਾਬ ਦੀ ਹੋਈ ਸੀ। 47 ਦੇ ਵਿੱਚ ਵੰਡ ਹੀ ਪੰਜਾਬ ਦੀ ਕੀਤੀ ਗਈ, ਹਿੰਦੁਸਤਾਨ ਦੀ ਤਾਂ ਵੰਡ ਹੀ ਨਹੀਂ ਹੋਈ। ਹਜ਼ੂਰ ਸਾਹਿਬ ਝਟਕਾ ਕੀਤਾ ਜਾਂਦਾ, ਇਹਦੇ ਪਿੱਛੇ ਕੀ ਕਾਰਨ ਹੈ? ਮਹਾਰਾਜ ਨੇ ਤਾਂ ਕਿਧਰੇ ਨਹੀਂ ਲਿਖਿਆ ਹੈ ਕਿ ਮਾਸ ਨਹੀਂ ਖਾਣਾ। ਫਿਰ ਮਾਸ ਖਾ ਲੈਣਾ ਚਾਹੀਦਾ, ਇਹ ਕਿੱਥੇ ਲਿਖਿਆ ਹੋਇਆ? ਚਾਹੇ ਨਾਨਕ ਸਾਹਿਬ ਸੰਪਰਦਾਇ ਹੈ, ਰਾੜਾ ਸਾਹਿਬ ਸੰਪਰਦਾਇ ਹੈ, ਨਾਮਧਾਰੀ ਸੰਪਰਦਾਇ, ਨੀਲਧਾਰੀ ਸੰਪਰਦਾਇ, ਮਸੋਨਾ ਸਾਹਿਬ ਸੰਪਰਦਾਇ ਹੈ, ਦਮਦਮੀ ਟਕਸਾਲ ਹੈ, ਜਾਂ ਹੋਰ ਵੀ ਕਈ ਟਕਸਾਲਾਂ ਨੇ, ਉਹ ਸਾਰੇ ਇਹਦੀਆਂ ਬ੍ਰਾਂਚਾਂ ਨੇ। ਮੇਨ ਜਿਹੜੀ ਹੈ ਉਹ ਨਿਰਮਲ ਭੇਖ ਹੈ। ਮਰਿਆਦਾ ਫਿਰ ਅਲੱਗ ਅਲੱਗ ਕਿਉਂ ਹੈ? ਅਕਾਲ ਤਖਤ ਸਾਹਿਬ ਦੀ ਵੱਖਰੀ ਮਰਿਆਦਾ ਹੈ, ਹਜ਼ੂਰ ਸਾਹਿਬ ਦੀ ਬਿਲਕੁਲ ਹੀ ਅੱਡ ਹੈ, ਟਕਸਾਲ ਦੀ ਵੱਖਰੀ ਹੋ ਗਈ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਹੈ, ਮਸਤ ਕਹਿ ਕੇ ਜਾਂਦੇ ਨੇ, ਜਿੱਥੇ ਸਾਫ਼ ਦਿਖ ਰਿਹਾ ਵੀ ਉੱਥੇ ਨਸ਼ਾ ਕੀਤਾ ਜਾ ਰਿਹਾ, ਸੁੱਤੇ ਪੀਤੇ ਜਾ ਰਹੇ ਨੇ, ਬਿਲਕੁਲ ਕੀਤੀਆਂ ਜਾ ਰਹੀਆਂ ਨੇ। ਤੇ ਉੱਥੇ ਸਿੱਖ ਸਾਡੇ ਗਾਤਰਿਆਂ ਵਾਲੇ ਕਈ ਬਾਬੇ ਵੀ ਸਾਡੇ ਉੱਥੇ ਜਾ ਕੇ ਉਹਨਾਂ ਵਿੱਚ ਬੈਠਦੇ ਨੇ। ਹਜ਼ੂਰ ਸਾਹਿਬ ਵਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਕੀਤੀ ਜਾਂਦੀ ਹੈ, ਥਾਲ ਜਲਾ ਕੇ ਉਹਦੇ ਵਿੱਚ ਦੀਵੇ ਬਾਲੇ ਜਾਂਦੇ ਨੇ, ਹੋਰ ਵੀ ਮਰਿਆਦਾ ਪ੍ਰਾਪਤ ਨਹੀਂ ਹੈ। ਇਹ ਦੇਖ ਲਓ ਕਿ ਕਿੰਨੇ ਸਿੱਖ ਨੇ ਜਿਹੜੇ ਮੁਸਲਮਾਨਾਂ ਦੀਆਂ ਕਬਰਾਂ 'ਤੇ ਜਾ ਕੇ ਮੱਥੇ ਦੇਖਦੇ ਨੇ। ਅਸੀਂ ਫਿਰ ਗੁਲਾਮ ਹੁਸੈਨ ਦੇ, ਗੁਲਾਮ ਫਲਾਏ ਨੇ, ਗੁਲਾਮ ਸਰਕਾਰ ਦੇ ਹੈ ਕਿ ਕਈ ਲੋਕ ਕਹਿੰਦੇ ਸਾਡੇ 'ਚ ਬਾਬਾ ਦੀਪ ਸਿੰਘ ਆਉਂਦੇ ਨੇ, ਸ਼ਹੀਦ ਸਿੰਘ ਆਉਂਦੇ ਨੇ, ਵੀ ਇਹ ਪਖੰਡ ਹੈ ਜਾਂ ਸੱਚੀ ਐਵੇਂ ਸ਼ਹੀਦੀ ਰੂਹਾਂ ਆਉਂਦੀਆਂ ਨੇ? ਕੋਈ ਮੈਂ ਹਜ਼ੂਰ ਸਾਹਿਬ ਤੋਂ ਅੰਮ੍ਰਿਤਪਾਨ ਕਰਕੇ, ਕੋਈ ਕਹੇਗਾ ਮੈਂ ਅਨੰਦਪੁਰ ਸਾਹਿਬ ਤੋਂ, ਫਲਾਣੇ ਬਾਬੇ ਦਾ ਅੰਮ੍ਰਿਤਪਾਨ ਕਰਕੇ। ਕਦੀ ਕਿਸੇ ਨੇ ਗੱਲ ਕਹੀ ਹੈ ਕਿ ਮੈਂ ਬਾਜਾਂ ਵਾਲੇ ਦਾ ਅੰਮ੍ਰਿਤਪਾਨ ਕੀਤਾ ਹੈ? ਅਤੇ ਸਾਡੇ ਵਿੱਚ ਇੱਕ ਨਵੀਂ ਮਰਿਆਦਾ ਤੁਰ ਗਈ ਹੈ, ਬੱਚੇ ਵਾਂਗੂ ਅਸੀਂ ਸਤਿਗੁਰਾਂ ਨੂੰ ਆਪਣੇ ਪੱਟ 'ਤੇ ਬਿਠਾ ਕੇ ਲਿਆਉਂਦੇ ਹਾਂ। ਦਸਮ ਗ੍ਰੰਥ ਸਾਹਿਬ ਮਹਾਰਾਜ ਹਨ, ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ, ਇਹ ਓਨਲੀ ਓਨ ਸਿਰਫ ਖਾਲਸੇ ਦੇ ਨੇ, ਇਹਦੇ 'ਚ ਦੂਜਾ ਕੋਈ ਆਪਣਾ ਅਧਿਕਾਰ ਨਹੀਂ ਜਮਾ ਸਕਦਾ। ਉੱਥੇ ਦੇ ਛੋਟੇ ਛੋਟੇ 2.5-2.5 ਸਾਲ ਦੇ ਬੱਚੇ ਜਿਹੜੇ ਨੇ ਖਿਡੌਣੇ ਨਹੀਂ ਖੇਡਦੇ, ਤਲਵਾਰਾਂ ਨਾਲ ਖੇਡਦੇ ਨੇ, ਅਤੇ ਸਾਡੇ ਚਾਕੂ ਵੀ ਫੜਾ ਦੋ, ਹਾਏ ਹਾਈ ਹੋ ਗਈ ਵੀ ਛੱਡਦੇ। ਕੱਲ੍ਹ ਦੇਖੋ ਕਦੀ ਗੁਰਦੁਆਰੇ ਮੰਦਰਾਂ ਨੂੰ ਜਿੰਦੇ ਲੱਗੇ ਸੀਗੇ, ਹੁਣ ਦਿਨ ਦਿਹਾੜੇ ਮਹਾਰਾਜ ਨੂੰ ਸ਼ੀਸ਼ੇ 'ਚ ਬੰਦ ਕਰਕੇ ਰੱਖਿਆ ਜਾਂਦਾ ਹੈ, ਦੇਵੀ ਦੇਵਤਿਆਂ ਨੂੰ ਸ਼ੀਸ਼ਿਆਂ 'ਚ ਬੰਦ ਕਰਕੇ ਰੱਖਿਆ ਜਾਂਦਾ ਹੈ। ਅਤੇ ਔਰਤ ਦੇ ਗਲ ਵਿੱਚ ਪਤਲੀ ਜਿਹੀ ਸੋਨੇ ਦੀ ਚੈਨੀ, ਕਿ ਨਕਲੀ ਸੋਨੀ ਚੈਨੀ ਪਾਈ ਹੋਵੇ ਤਾਂ ਉਹ ਵੀ ਖਿੱਚ ਕੇ ਲੈ ਜਾਂਦੇ ਨੇ, ਕਿੱਥੇ ਗਿਆ ਰਾਮ ਰਾਜ? ਹੁਣ ਤਾਂ ਸਿਰਫ ਕਹਿਣ ਦੀਆਂ ਗੱਲਾਂ। ਹਾਈਲਾਈਟਸ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਪਾਂ ਕਿਸ ਟੋਪਿਕ 'ਤੇ ਗੱਲਾਂ ਕਰਨੀਆਂ ਨੇ। ਸੋ ਆਪਣੇ ਨਾਲ ਮੌਜੂਦ ਹੋਏ ਨੇ ਸੰਤ ਬਾਬਾ ਸਰਬਜੋਤ ਸਿੰਘ ਜੀ, ਗੁਰਦੁਆਰਾ ਸੰਤ ਕੁਟੀਆ ਡੇਰਾ ਬਾਬਾ ਪ੍ਰੀਤਮ ਸਿੰਘ ਜੀ ਦੇ ਸਥਾਨ 'ਤੇ ਮੌਜੂਦਾ ਮੁਖੀ ਨੇ। ਸੋ ਉਹਨਾਂ ਨਾਲ ਆਪਾਂ ਵਿਚਾਰ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਸਥਾਨ 'ਤੇ ਤੁਸੀਂ ਮੌਜੂਦਾ ਮੁਖੀ ਹੋ, ਉਹ ਬਾਬਾ ਜੀ ਕੌਣ ਸੀਗੇ, ਕਿਵੇਂ ਉਹਨਾਂ ਨੇ ਭਗਤੀ ਕੀਤੀ, ਕਿਵੇਂ ਉਹ ਪਟਿਆਲਿਆ ਕਿ ਉਹਨਾਂ ਨੇ ਸਥਾਨ ਬਣਾਇਆ? ਬਾਬਾ ਜੀ ਦਾ ਜਿਹੜਾ ਪੂਰਨ ਨਾਮ ਹੈ ਸੰਤ ਬਾਬਾ ਪ੍ਰੀਤਮ ਸਿੰਘ ਰਸੀਆ ਖਾਲਸਾ, ਮਹਾਂਪੁਰਸ਼ਾਂ ਦਾ ਜਿਹੜਾ ਜਨਮ ਹੈ ਪਿੰਡ ਗਾਜੀ ਮਨਾਰਾ ਪਾਕਿਸਤਾਨ, ਜ਼ਿਲ੍ਹਾ ਸ਼ੇਖੂਪੁਰੇ ਦੇ ਵਿੱਚ, ਨਵਾਬ ਕਪੂਰ ਸਦਿਆਨ ਸਰਬੰਸ ਵਿੱਚੋਂ। ਮਹਾਂਪੁਰਸ਼ਾਂ ਦੇ ਪਿਤਾ ਦਾ ਨਾਂ ਜਥੇਦਾਰ ਬਾਪੂ ਵੀਰ ਸਿੰਘ ਜੀ ਵਿਰਕ ਸੀਗਾ। ਅਤੇ ਮਹਾਂਪੁਰਸ਼ਾਂ ਦਾ ਜਿਹੜਾ ਜਨਮ ਹੈ 13 ਅਪ੍ਰੈਲ 1916 ਦਾ ਜਿਹੜਾ ਮਹਾਂਪੁਰਸ਼ਾਂ ਦਾ ਜਨਮ ਆਉਂਦਾ ਹੈ।
ਅਤੇ ਮਹਾਂਪੁਰਸ਼ ਆਪਣੀ ਜੀਵਨੀ ਦੇ ਵਿੱਚ ਦੱਸਦੇ ਹੁੰਦੇ ਸੀਗੇ ਕਿ 10 ਕੁ ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਘਰ ਬਾਰ ਛੱਡ ਕੇ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੇ ਮਸਤੋਣਾ ਸਾਹਿਬ ਵਾਲਿਆਂ ਦੇ ਜੋ ਸ਼ਿਸ਼ ਹੋਏ ਨੇ ਸੇਵਕ ਸੰਤ ਬਾਬਾ ਮੋਹਨ ਸਿੰਘ ਜੀ ਖਾਲਸਾ ਬਰਾੜੇ ਵਾਲਿਆਂ ਦੀ ਸ਼ਰਨ ਵਿੱਚ ਚਲੇ ਗਏ ਸੀ, ਜੋ ਕਿ ਉਹਨਾਂ ਦਾ ਪਹਿਲਾ ਡੇਰਾ ਟਿੱਬੀ ਹੋਇਆ ਕਰਦਾ ਸੀਗਾ, ਪਿੰਡ ਗੁਜਰਾਂ ਵਾਲਾ ਟਿੱਬੀ 'ਤੇ, ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਟਾਂਡਾ ਨਾਲ ਪੈਂਦਾ ਸੀਗਾ, ਕਿ ਇੱਥੇ ਦੇ ਮਹਾਂਪੁਰਸ਼ ਆਪਣੀ ਸੇਵਾ ਨਿਭਾਉਂਦੇ ਸੀ, ਉੱਥੇ ਚਲੇ ਗਏ ਸੀ। ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਬਣਨ ਤੋਂ ਬਾਅਦ ਮਹਾਂਪੁਰਸ਼ਾਂ ਨੇ 8 ਸਾਲ ਜਿਹੜਾ ਫੌਜ ਦੀ ਨੌਕਰੀ ਵੀ ਕੀਤੀ ਹੈ। ਮਹਾਂਪੁਰਸ਼ ਪਾਕਿਸਤਾਨ ਦੇ ਵਿੱਚ ਹੀ BA ਜਿਹੜੀ ਹੈ 10ਵੀਂ ਕੀਤੀ, ਫੌਜ ਵਿੱਚ ਰਹਿੰਦੇ ਹੋਏ ਮਹਾਂਪੁਰਸ਼ਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ BA ਵੀ ਉਹਨਾਂ ਨੇ ਕੀਤੀ ਹੈ। ਉਸ ਤੋਂ ਬਾਅਦ ਸਿਵਲ ਦੇ ਵਿੱਚ ਮਹਿੰਦਰਾ ਆਪਣੇ ਰਜਿੰਦਰਾ ਕਾਲਜ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਸੇਵਾ ਨਿਭਾਈ ਹੈ ਆਪਣੀ। ਮਹਿੰਦਰਾ ਕਾਲਜ ਪਟਿਆਲੇ, ਰਜਿੰਦਰਾ ਹਸਪਤਾਲ, ਹਸਪਤਾਲ, ਠੀਕ ਹੈ, ਰਜਿੰਦਰਾ, ਅੱਛਾ ਜੀ, ਰਜਿੰਦਰਾ ਹਸਪਤਾਲ ਸੀਗੇ, ਲਾਇਬ੍ਰੇਰੀਅਨ ਦੀ ਪੋਸਟ 'ਤੇ ਸੀਗੇ ਮਹਾਂਪੁਰਸ਼। 1964 ਦੇ ਵਿੱਚ ਵੱਡੀ ਸਿੰਘ ਸਭਾ ਮਹਾਂਪੁਰਸ਼ਾਂ ਦੇ ਦੀਵਾਨ ਲੱਗੇ ਹੋਏ ਸੀਗੇ ਸੰਤ ਬਾਬਾ ਮੋਹਨ ਸਿੰਘ ਖਾਲਸਾ ਬਰਾੜੇ ਵਾਲਿਆਂ ਦੇ। ਉਸ ਸਮੇਂ ਜਿਹੜਾ ਪਟਿਆਲਾ ਸ਼ਹਿਰ ਹੈ 12 ਦਰਵਾਜ਼ਿਆਂ ਦੇ ਅੰਦਰ ਹੁੰਦਾ ਸੀਗਾ, ਅਤੇ ਇਹ ਜਿਹੜਾ ਇਲਾਕਾ ਹੈ ਇਹ ਜੰਗਲ ਦਾ ਇਲਾਕਾ ਹੋਇਆ ਕਰਦਾ ਸੀਗਾ, ਅਤੇ 2 ਨਦੀਆਂ ਹੋਇਆ ਕਰਦੀਆਂ ਸੀ। ਸਾਨੂੰ ਪਹਿਲੀ ਗੱਲ ਅੱਜ ਇੱਕ ਵੱਡੀ ਬੜੀ ਵੱਡੀ ਸਾਡੀ ਤਰਾਸਦੀ ਹੈ, ਅਸੀਂ ਇਹਨਾਂ ਨੂੰ ਨਾਲਿਆ ਬਣਾ ਕੇ ਰੱਖ ਦਿੱਤਾ। ਜਿਹੜੀ ਬੱਸ ਸਟੈਂਡ ਤੋਂ ਆਉਂਦੇ ਹਾਂ ਇੱਧਰਲੇ ਪਾਸੇ ਇਹ ਲੱਗਦੀ ਹੈ ਛੋਟੀ ਨਦੀ, ਅਤੇ ਜਿਹੜੀ ਆਪਣਾ ਵੱਡੀ ਨਦੀ ਕਹਿੰਦੇ ਹਾਂ ਇਸ ਦਾ ਨਾਮ ਹੈ ਕੁਸ਼ਲਿਆ ਨਦੀ, ਇਹਦਾ ਨਾਮ ਕੁਸ਼ਲਿਆ ਨਦੀ ਹੈ। ਕਿਸੇ ਨੂੰ ਨਹੀਂ ਪਤਾ ਸੀ, ਇਹਨੂੰ ਕਾਗਜ਼ਾਂ ਵਿੱਚ ਵੀ ਜਿਹੜਾ ਹੈ ਵੱਡੀ ਨਦੀ ਘੋਸ਼ਿਤ ਕਰਤਾ, ਇਹ ਕੁਸ਼ਲਿਆ ਨਦੀ ਹੈ ਸ਼ਾਸਤਰਾਂ ਦੇ ਵਿੱਚ, ਮਾਤਾ ਕੁਸ਼ਲਿਆ ਦੇ ਨਾਂ ਤੇ, ਮਾਤਾ ਕੁਸ਼ਲਿਆ ਦੇ ਨਾਂ, ਮਾਤਾ ਜੀ ਸੀਗੇ, ਹਾਂਜੀ, ਅੱਛਾ, ਉਹਨਾਂ ਦੇ ਨਾਮ ਤੇ ਸੀ, ਉਹਨਾਂ ਦੇ ਨਾਮ ਤੇ ਹੈ। ਇਹ ਸ਼ੁਰੂ ਹੁੰਦੀ ਹੈ ਆਪਣੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਤੇ ਖਤਮ ਹੁੰਦੀ ਹੈ ਕੜਾਮ ਜਾ ਕੇ। ਕੜਾਮ ਉਹਨਾਂ ਦਾ ਪਿੰਡ ਸੀਗਾ ਨਾ ਮਾਤਾ ਕੁਸ਼ਲਿਆ ਜੀ ਦਾ, ਪੇਕੇ ਘਰ ਸੀਗੇ, ਪੇਕੇ ਘਰ। ਇਹ ਦੋਹਾਂ ਨਦੀਆਂ ਦੇ ਵਿਚਾਲੇ ਮਹਾਂਪੁਰਸ਼ਾਂ ਨੇ ਜਿਹੜੀ ਹੈ ਜਗ੍ਹਾ ਲਈ ਸੀਗੀ, ਕਿ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਸੀ ਜੇ ਆਪਣੀ ਜਗ੍ਹਾ ਛੱਡੀ ਹੈ, ਮਾਂ ਪਿਓ ਦੀ ਜਗ੍ਹਾ ਨਹੀਂ ਲਈ, ਸਾਡੇ ਤੋਂ ਵੀ ਤੂੰ ਜ਼ਮੀਨ ਜਾਇਦਾਦ ਨਹੀਂ ਲਈ, ਬੰਦਗੀ ਕਰਨੀ, ਅਤੇ ਬੰਦਗੀ ਕਰਨ ਵਾਸਤੇ ਇਹ ਛੋਟੀ ਕੁਟੀਆ ਬਹੁਤ ਹੈ, ਅਤੇ ਮਹਾਂਪੁਰਸ਼ਾਂ ਨੇ ਜਿਹੜੀ 150 ਗਜ਼ ਦੀ ਛੋਟੀ ਕੁਟੀਆ ਬੰਦਗੀ ਕਰਨ ਵਾਸਤੇ ਉਰੇ ਪਾਈ ਸੀ। ਸਤਿਗੁਰਾਂ ਨੇ ਭਾਗ ਲਾਏ, ਸਾਰਾ ਇਲਾਕਾ ਤੁਸੀਂ ਜਾਣਦੇ ਹੋ ਕਿਸ ਸਮੇਂ ਜੰਗਲ ਹੋਇਆ ਕਰ ਸੀ, ਹੁਣ ਕੌਂਕਰੀਟ ਦਾ ਜੰਗਲ ਹੈ। ਫਿਰ ਤੁਹਾਡਾ ਮਹਾਂਪੁਰਖਾਂ ਦਾ ਮਿਲਾਪ ਕਿਵੇਂ ਹੋਇਆ? ਮੇਰਾ ਜਿਹੜਾ ਮਿਲਾਪ ਹੈ ਮਹਾਂਪੁਰਸ਼ਾਂ ਦੇ ਨਾਲ, ਸਤਿਗੁਰਾਂ ਨੇ ਕਿਰਪਾ ਕੀਤੀ ਮਹਾਂਪੁਰਸ਼ਾਂ ਦੇ, ਜੇ ਕਿਉਂਕਿ ਪੂਰਵ ਜਨਮ ਕੇ ਮਿਲੇ ਸੰਜੋਗੀ, ਪਰ ਅਗਲੀ ਪੰਕਤੀ ਹੈ ਅੰਤੇ ਕੋ ਨਾ ਸਹਾਈ। ਬਿਲਕੁਲ ਸਹੀ ਗੱਲ ਹੈ, ਕਈ ਵਾਰ ਜਿਹੜੇ ਬਾਪ ਬੇਟੇ ਹੋਏ, ਮਹਾਰਾਜ ਦੀ ਬਾਣੀ ਦੇ ਕਈ ਸ਼ਬਦ ਆਉਂਦੇ ਨੇ, ਇਸ ਹਿਸਾਬ ਦੇ ਨਾਲ ਜਿਹੜੀ ਮੇਰੀ ਮਾਤਾ ਜੀ ਨੇ ਉਹ ਮਹਾਂਪੁਰਸ਼ਾਂ ਦੀ ਬੇਟੀ ਹੈ, ਅਤੇ ਬਾਬਾ ਜੀ ਨੇ ਵਚਨ ਕਿਹਾ ਸੀਗਾ ਕਿ ਜਿਹੜਾ ਪਹਿਲਾ ਬੱਚਾ ਹੋਏਗਾ, ਕਿਉਂਕਿ ਮੇਰੀ ਮਾਤਾ ਦੇ ਜਦੋਂ ਮੈਂ ਗਰਭ 'ਚ ਸੀਗਾ, ਕਹਿਣਾ ਤਾਂ ਨਹੀਂ ਚਾਹੀਦਾ ਕਿਉਂਕਿ ਮੇਰੀ ਰਿਸ਼ਤੇਦਾਰੀ ਵਿੱਚ ਵੀ ਇਹ ਚੀਜ਼ ਜਾਊਗੀ, ਮੇਰੇ ਆਪਦਿਆਂ ਨੇ ਹੀ ਮੈਨੂੰ ਮਾਰਨ ਦੇ ਲਈ 3 ਵਾਰ ਮੁਸਲਮਾਨੀ ਕਲਾਮਾਂ ਕਰਵਾਈਆਂ ਪਰਿਵਾਰ 'ਚੋਂ ਹੀ, ਅਤੇ ਮੈਂ ਉਹਨਾਂ ਦੇ ਨਾਂ ਨਹੀਂ ਲੈਂਦਾ ਕਿਉਂਕਿ ਜੇ ਮੈਂ ਨਾਂ ਲਿਆ ਤਾਂ ਜ਼ਿਆਦਾ ਬਖੇੜਾ ਵੀ ਪੈ ਸਕਦਾ ਉਹਨਾਂ ਦੇ ਵਿੱਚ, ਉਹਨਾਂ ਪਤਾ ਹੀ ਹੈ ਕੌਣ ਹੈ। ਅਤੇ ਉਸ ਸਮੇਂ ਮਹਾਂਪੁਰਸ਼ਾਂ ਨੇ ਇਲਾਜ ਕੀਤਾ, ਅਤੇ ਉਸ ਸਮੇਂ ਉਹਨਾਂ ਨੇ ਗੱਲ ਕਹੀ ਸੀ ਕਿ ਜਿਹੜਾ ਬੱਚਾ ਹੋਏਗਾ ਉਹ ਮੈਂ ਲੈ ਲਵਾਂਗਾ, ਅਤੇ ਮੇਰਾ ਜਿਸ ਸਮੇਂ ਜਨਮ ਹੋਇਆ ਮਹਾਂਪੁਰਸ਼ਾਂ ਨੇ ਉਸੇ ਵਕਤ ਹੀ ਆਪਣੇ ਗੋਦ ਵਿੱਚ ਪਵਾ ਲਿਆ ਸੀ। 1 ਘੰਟੇ ਦਾ ਜਿਹੜਾ ਸੀਗਾ ਮੈਂ ਮਹਾਂਪੁਰਸ਼ਾਂ ਕੋਲ ਆ ਗਿਆ ਸੀ। ਫਿਰ ਇਹਦੇ ਪਿੱਛੇ ਕੀ ਕਾਰਨ ਸੀਗਾ ਕਿ ਉਹਨਾਂ ਨੇ ਮਰਵਾਉਣਾ ਚਾਹਿਆ? ਕੋਈ ਜਾਇਦਾਦ ਦਾ ਰੌਲਾ ਸੀਗਾ, ਸ਼ਾਇਦ ਕਹਿ ਸਕਦੇ ਹਾਂ ਜਾਇਦਾਦ ਦੇ ਰੌਲੇ ਕਰਕੇ। ਬਾਬਾ ਜੀ ਜਿਵੇਂ ਤੁਸੀਂ ਦੱਸਿਆ ਮਸਤੋਣਾ ਸਾਹਿਬ ਸੰਪਰਦਾ ਜੋ ਸੀਗੀ,
ਫਿਰ ਤੁਹਾਡਾ ਬਾਣਾ ਇਹ ਨਿਰਮਲੇ ਸਾਧੂਆਂ ਵਾਲਾ ਹੈ? ਗੱਲ ਇਹ ਹੈ ਜੀ ਕਿ ਸਤਿਗੁਰ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਅਤੇ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਵੀ ਆਉਂਦਾ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿੰਨਾ ਵੀ ਖਾਲਸਾ ਪੰਥ ਹੈ ਸਾਰਾ ਨਿਰਮਲ ਹੀ ਹੈ। ਬਾਕੀ ਰਹੀ ਗੱਲ ਪਹਿਰਾਵੇ ਦੀ, ਪਹਿਰਾਵਾ ਮੇਰਾ ਤੁਸੀਂ ਧਿਆਨ ਦੇਖੋਗੇ ਮੇਰਾ ਭਗਵਾਨ ਨਹੀਂ ਹੈ, ਕੇਸਰੀ ਹੈ, ਕੇਸਰੀ ਰੰਗ ਖਾਲਸੇ ਦਾ। ਜਿਹੜਾ ਸਟਾਈਲ ਹੈ ਤੁਹਾਡਾ ਪਹਿਰਾਵੇ ਦਾ, ਇਹ ਗਾਤੀ ਇਹਨੂੰ ਕਹੀ ਜਾਂਦੀ ਹੈ। ਅੱਛਾ, ਇਹ ਪੁਰਾਤਨ ਸਮੇਂ ਤੋਂ ਸਾਧੂ ਸੰਤ ਮਹਾਤਮਾ ਜਿਹੜੇ ਨੇ ਉਹ ਗਾਤੀਆਂ ਲਾਉਂਦੇ ਸੀਗੇ। ਇਹ ਤਿੰਨ ਚਾਰ ਪ੍ਰਕਾਰ ਦੀ ਗਾਤੀ ਲੱਗਦੀ ਹੈ। ਅੱਛਾ, ਹਾਂਜੀ, ਅਤੇ ਇਹ ਗਾਤੀ ਲਗਾਈ ਹੋਈ ਹੈ। ਬਾਕੀ ਜੇ ਗੱਲ ਕਰੀਏ ਨਿਰਮਲ ਭੇਖ ਦੀ, ਅਤੇ ਨਿਰਮਲ ਭੇਖ ਦੇ ਵਿੱਚ ਜਿਹੜੇ ਨੇ ਨਿਹੰਗ ਸਿੰਘ ਸੰਪਰਦਾਇ ਹੈ, ਉਹ ਵੀ ਨਿਹੰਗ ਸਿੰਘ ਵੀ ਨਿਰਮਲ ਵਿੱਚ ਆਉਂਦੇ ਨੇ। ਗੱਲ ਇੱਦਾਂ ਆ ਜਾਂਦੀ ਹੈ ਕਿ ਜਿਵੇਂ ਯੂਨੀਵਰਸਿਟੀ ਇੱਕ ਹੁੰਦੀ ਹੈ, ਦੇਸ਼ ਦਾ ਰਾਜਾ ਇੱਕ ਹੈ, ਉਹਦੇ ਅੱਗੇ ਵੱਖ ਵੱਖ ਮੰਤਰੀ ਨੇ, ਇਸੇ ਤਰ੍ਹਾਂ ਭੇਖ ਜਿਹੜਾ ਹੈ ਨਿਰਮਲ ਭੇਖ ਉਹ ਇੱਕ ਹੈ, ਉਹਦੇ ਅੱਗੇ ਜਿਹੜੇ ਸੰਪਰਦਾਵਾਂ ਨੇ, ਚਾਹੇ ਨਾਨਕ ਸਾਹਿਬ ਸੰਪਰਦਾਇ ਹੈ, ਰਾੜਾ ਸਾਹਿਬ ਸੰਪਰਦਾਇ ਹੈ, ਨਾਮਧਾਰੀ ਸੰਪਰਦਾਇ, ਨੀਲਧਾਰੀ ਸੰਪਰਦਾਇ, ਮਸੋਨਾ ਸਾਹਿਬ ਸੰਪਰਦਾਇ ਹੈ, ਦਮਦਮੀ ਟਕਸਾਲ ਹੈ, ਜਾਂ ਹੋਰ ਵੀ ਕਈ ਟਕਸਾਲਾਂ ਨੇ, ਉਹ ਸਾਰੇ ਇਹਦੀਆਂ ਬ੍ਰਾਂਚਾਂ ਨੇ। ਮੇਨ ਜਿਹੜੀ ਹੈ ਉਹ ਨਿਰਮਲ ਭੇਖ ਹੈ। ਪਰ ਇਹਨਾਂ ਦੀ ਮਰਿਆਦਾ ਫਿਰ ਅਲੱਗ ਅਲੱਗ ਕਿਉਂ ਹੈ? ਅਕਾਲ ਤਖ਼ਤ ਸਾਹਿਬ ਦੀ ਇੱਕ ਵੱਖਰੀ ਮਰਿਆਦਾ ਹੈ, ਹਜ਼ੂਰ ਸਾਹਿਬ ਦੀ ਬਿਲਕੁਲ ਹੀ ਅੱਡ ਹੈ, ਟਕਸਾਲ ਦੀ ਵੱਖਰੀ ਹੋ ਗਈ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਹੈ। ਨਿਹੰਗ ਸਿੰਘਾਂ ਦੀ ਅਤੇ ਹਜ਼ੂਰ ਸਾਹਿਬ ਦੀ ਮਰਿਆਦਾ ਅਲੱਗ ਨਹੀਂ, ਉਹਨਾਂ ਦੀ ਦੋਹਾਂ ਦੀ ਮਰਿਆਦਾ ਇੱਕ ਹੈ, ਬਾਕੀ ਸਾਰਿਆਂ ਦੀ ਫਿਰ ਅਲੱਗ ਹੈ। ਇਹ ਅਲੱਗ ਇੱਦਾਂ ਹੋਈ ਜਦੋਂ ਖਾਲਸਾ ਰਾਜ ਦੀ ਸਮਾਪਤੀ ਹੁੰਦੀ ਹੈ ਅਤੇ ਅੰਗਰੇਜ਼ਾਂ ਦਾ ਆਉਣਾ ਹੁੰਦਾ ਹੈ ਪੰਜਾਬ ਦੇਸ਼ ਦੇ ਵਿੱਚ, ਕਿਉਂਕਿ ਪੰਜਾਬ ਇੱਕ ਰਾਜ ਨਹੀਂ ਹੈ, ਪੰਜਾਬ ਦੇਸ਼ ਹੈ, ਕਿਉਂਕਿ ਉਰੇ ਅੱਗੇ ਬਹੁਤ ਵੱਡਾ ਇਹ ਮੁੱਦਾ ਚੱਲਿਆ ਆਉਂਦਾ ਹੈ, ਔਰ ਇਸ ਮੁੱਦੇ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਅਸੀਂ ਇੱਕ ਰੌਲਾ ਪਾ ਦਿੰਦੇ ਜੀ ਖਾਲਿਸਤਾਨ ਚਾਹੀਦਾ, ਖਾਲਿਸਤਾਨ ਚਾਹੀਦਾ, ਕਿਉਂਕਿ ਹਿੰਦੁਸਤਾਨ ਦਾ ਤਾਂ ਕਦੀ ਵੰਡ ਹੋਈ ਹੀ ਨਹੀਂ, ਪੰਜਾਬ ਦੀ ਵੰਡ ਹੋਈ ਹੈ, ਵੰਡ ਹੀ ਪੰਜਾਬ ਦੀ ਹੋਈ ਸੀ 47 ਦੇ ਵਿੱਚ, ਵੰਡ ਹੀ ਪੰਜਾਬ ਦੀ ਕੀਤੀ ਗਈ, ਹਿੰਦੁਸਤਾਨ ਦੀ ਤਾਂ ਵੰਡ ਹੀ ਨਹੀਂ ਹੋਈ। ਹਿੰਦੁਸਤਾਨ ਦਾ ਤਾਂ ਉਹ ਰਾਜ ਜਿਹੜਾ ਹੈ ਉਹ ਮੁਗਲਾਂ ਨੇ ਖਤਮ ਕਰਾਤਾ ਸੀ। ਕਿਸੇ ਸਮੇਂ ਇਰਾਨ ਤਰਾਨ ਚਰਾਨ ਤੱਕ ਦਾ ਜਿਹੜਾ ਹੈ ਕਾਬਲ ਕੰਧਾਰ ਹਿੰਦੁਸਤਾਨ ਦਾ ਰਾਜ ਹੋਇਆ ਕਰਦਾ ਸੀ, ਭਾਰਤ ਵਰਸ਼ ਹੋਇਆ ਕਰਦਾ ਸੀ, 9 ਖੰਡਾਂ ਦੇ ਵਿੱਚ, ਪ੍ਰਿਥਵੀ ਇੱਕ ਖੰਡ ਹੈ, ਇਹ ਵੀ ਜੰਬੂ ਦੇ ਕਿਹਾ ਜਾਂਦਾ, ਇਹਨੂੰ ਜੰਬੂ ਦੀਪ ਕਿਹਾ ਜਾਂਦਾ, ਪੂਰਾ ਜਿਹੜਾ ਇੱਕ ਧਰਤੀ ਦਾ ਟੁਕੜਾ ਜੁੜਿਆ ਹੋਇਆ, 9 ਟੁਕੜੇ ਨੇ ਧਰਤੀ ਦੇ ਇਹ, ਅਤੇ ਜੰਬੂ ਕਦੇਸ਼ ਕਿਹਾ ਜਾਂਦਾ ਇਸਨੂੰ, ਅਤੇ ਇਸ 'ਤੇ ਜਿਹੜਾ ਹੈ ਹਿੰਦੂ ਧਰਮ ਦਾ ਪ੍ਰਚਾਰ ਹੁੰਦਾ ਸੀ, ਸਨਾਤਨ ਦਾ, ਸਨਾਤਨ ਧਰਮ ਦਾ, ਸਨਾਤਨ ਧਰਮ ਦਾ, ਹਿੰਦੂ ਧਰਮ ਹੈ ਹੀ ਨਹੀਂ, ਕਿਧਰੇ ਵੀ ਹਿੰਦੂ ਨਾਮ ਹੀ ਨਹੀਂ ਹੈ, ਹਿੰਦੂ ਨਾਮ ਹੀ ਨਹੀਂ ਹੈਗਾ, ਹਿੰਦੂ ਨਾਮ ਹੀ ਨਹੀਂ। ਸਿੰਧੂ ਘਾਟੀ, ਸਿੰਧੂ ਦੇ ਕਿਨਾਰੇ ਵਸਣ ਵਾਲਿਆਂ ਨੂੰ ਬਾਹਰੋਂ ਦੀ ਆਉਣ ਵਾਲਿਆਂ ਨੇ ਸਿੰਧੂ ਕਹਿਣ ਦੀ ਬਜਾਏ ਹਿੰਦੂ ਕਿਹਾ, ਉਹ ਹਿੰਦੂ ਕਹਿੰਦੇ ਕਹਿੰਦੇ ਅੱਜ ਇੰਨਾ ਜ਼ਿਆਦਾ ਪ੍ਰਚਲਿਤ ਹੋ ਗਿਆ ਕਿ ਸਿੰਧੂ ਵੀ ਭੁੱਲ ਗਏ, ਅਸੀਂ ਹਿੰਦੂ ਵੀ ਭੁੱਲ ਗਏ, ਅਸੀਂ ਆਪਣੇ ਧਰਮਾਂ ਦੇ ਨਾਮ ਹੀ ਭੁੱਲ ਗਏ। ਨਾਂ ਦਾ ਫਰਕ ਪੈ ਗਿਆ ਹੋਣਾ, ਜਿਵੇਂ ਪਟਿਆਲੇ ਦਾ ਪਹਿਲਾਂ ਨਾਂ ਪਟਿਆਲਾ ਸੀਗਾ, ਪਟਿਆਲੇ ਤੋਂ ਬਦਲਦਾ ਬਦਲਦਾ ਪਟਿਆਲਾ ਬਣ ਗਿਆ। ਇਹੀ ਚੀਜ਼ ਜਿਹੜੀ ਹੈ ਬਾਬਾ ਜੀ ਕਿ ਅੱਗੇ ਵਧੀ ਹੈ, ਇਸੇ ਹਿਸਾਬ ਦੇ ਨਾਲ ਹਰੇਕ ਚੀਜ਼ ਦੇ ਵਿੱਚ ਫਰਕ ਜਿਹੜੇ ਨੇ ਵੱਖ ਵੱਖ ਆਏ ਨੇ। ਹਿੰਦੁਸਤਾਨ ਦੀ ਵੰਡ ਹੋਈ ਨਹੀਂ, ਪੰਜਾਬ ਰਾਜ ਦੀ ਵੰਡ ਹੋਈ ਸੀਗੀ। ਅੰਗਰੇਜ਼ ਆਉਂਦੇ, ਅੰਗਰੇਜ਼ਾਂ ਦੇ ਨਾਲ ਇੱਕ ਤਰਾਸਦੀ ਆਉਂਦੀ ਹੈ, ਪਰ ਉਹ ਕਿਸੇ ਸਮੇਂ ਸਾਡੇ ਜਿਹੜੇ ਆ ਬੜੀ ਸਤਿਕਾਰਯੋਗ ਹੈ, ਹੁਣ ਵੀ ਸਤਿਕਾਰਯੋਗ ਅਸੀਂ ਨਹੀਂ ਕਹਿੰਦੇ, ਜਿਹੜੇ ਮਹੰਤ ਆਏ, ਇੱਕ ਤਾਂ ਜਿਹੜੇ ਗੱਦੀ ਦਰ ਗੱਦੀ ਮਹੰਤ ਆਏ, ਉਹ ਤਾਂ ਸਤਿਗੁਰ ਦੀ ਪੂਜਨਾ ਆਰਚਨਾ ਕਰਦੇ ਰਹੇ, ਪਰ ਜਿਹੜੇ ਸਰਕਾਰੀ ਮਹੰਤ ਥਾਪੇ ਗਏ, ਜਿਵੇਂ ਅੱਜ ਦੇ ਟਾਈਮ 'ਤੇ ਸਰਕਾਰੀ ਬਾਬੇ ਥਾਪੇ ਹੋਏ ਨੇ,
ਉਹਨਾਂ ਨੂੰ ਸਰਕਾਰੀ ਬਾਬੇ ਕਹਾਂਗਾ ਕਿ ਤੁਹਾਡੇ ਕੋਲ ਕੀ ਐਸੀ ਹੈਗੀ ਹੈ ਕਿ ਤੁਸੀਂ ਐਡੀ ਐਡਾ ਗੱਡੀਆਂ ਬੰਦੂਕਾਂ ਲੈ ਕੇ ਤੁਰਦੇ ਹੋ, ਜਾਂ ਹੋਰ ਕਿਸ ਚੀਜ਼ ਦਾ ਡਰ ਪੈ ਗਿਆ ਤੁਹਾਨੂੰ? ਜੇ ਡਰ ਪਏ ਤਾਂ ਤੁਸੀਂ ਇਹੋ ਜਿਹਾ ਕੰਮ ਹੀ ਨਾ ਕਰੋ। ਜਿਹੜੇ ਸਰਕਾਰੀ ਬਾਬੇ ਥਾਪੇ, ਮਹੰਤ ਥਾਪੇ, ਉਹਨਾਂ ਨੇ ਆ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੂਰਤੀ ਪੂਜਨ ਦੀ ਆਰੰਭਤਾ ਕਰਾਈ। ਅਕਾਲ ਤਖ਼ਤ ਸਾਹਿਬ 'ਤੇ ਦਸਮ ਗ੍ਰੰਥ ਦੇ ਪ੍ਰਕਾਸ਼ ਹੁੰਦੇ ਸੀਗੇ, ਹੋਰ ਹੁੰਦੇ ਸੀਗੇ, ਤੁਸੀਂ ਨਨਕਾਣਾ ਸਾਹਿਬ ਦਾ ਸਾਕਾ, ਹੋਰ ਸਾਕੇ ਪੜ੍ਹੇ ਨੇ। ਇਹ ਸਾਕੇ ਜਿਹੜੇ ਨੇ ਉਹਨਾਂ ਮਹੰਤਾਂ ਦੀਆਂ ਸ਼ਹਿਹਾਂ 'ਤੇ, ਸਰਕਾਰੀ ਸ਼ਹਿਹਾਂ 'ਤੇ ਸਾਰੇ ਸਾਕੇ ਹੋਏ। ਜਿਸ ਸਮੇਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ ਅਤੇ ਇਹਨਾਂ ਨੇ ਆਉਂਦੇ ਅਨੁਸਾਰ ਉਹ ਸਾਰੇ ਮਹੰਤ ਬਾਹਰ ਜਿਸ ਸਮੇਂ ਕੱਢੇ, ਉਸ ਸਮੇਂ ਨੂੰ ਵੀ 50 ਵਰਸ ਤੋਂ ਉੱਤੇ ਦਾ ਸਮਾਂ ਬੀਤ ਚੁੱਕਿਆ ਸੀ। ਸਮੇਂ ਦੇ ਬੀਤਣ ਦੇ ਨਾਲ ਹਰੇਕ ਮਰਿਆਦਾ ਬਦਲੀ ਹੈ। ਹਰੇਕ ਮਰਿਆਦਾ ਜਿਸ ਸਮੇਂ ਬਦਲੀ ਅਤੇ ਉਸ ਹਿਸਾਬ ਦੇ ਨਾਲ ਜਿਹੜੀ ਹੋਣ ਦੀ ਮਰਿਆਦਾ ਹੈ, ਜਿਹੜੀ ਨਹੀਂ ਬਦਲੀ, ਇੱਕ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਨਹੀਂ ਬਦਲੀ, ਦੂਸਰਾ ਸ਼੍ਰੀ ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਦਾ ਖਰੜਾ ਅੱਜ ਵੀ ਉੱਥੇ ਮੌਜੂਦ ਹੈ, ਉਹ ਖਰੜੇ ਦੇ ਅਨੁਸਾਰ ਉੱਥੇ ਮਰਿਆਦਾ ਚੱਲਦੀ ਹੈ। ਉਹਨਾਂ ਕੋਲ ਮਰਿਆਦਾ ਲਿਖਤੀ ਰੂਪ ਵਿੱਚ ਹੈ, ਸੀਨਾ ਬਸੀਨਾ ਲਿਖਤੀ ਰੂਪ ਵਿੱਚ ਉਹਨਾਂ ਕੋਲ, ਜੋ ਦਸਵੇਂ ਮਹਾਰਾਜ ਦੇ ਸਮੇਂ ਹੁੰਦੀ ਆ ਰਹੀ ਹੈ ਹਜ਼ੂਰ ਸਾਹਿਬ ਵਾਲਿਆਂ ਕੋਲ। ਹਜ਼ੂਰ ਸਾਹਿਬ ਵਾਲਿਆਂ ਕੋਲ ਹਜ਼ੂਰ ਸਾਹਿਬ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਕੀਤੀ ਜਾਂਦੀ ਹੈ, ਥਾਲ ਜਲਾ ਕੇ ਉਹਦੇ ਵਿੱਚ ਦੀਵੇ ਬਾਲੇ ਜਾਂਦੇ ਨੇ, ਤਾਂ ਫਿਰ ਵੀ ਮਰਿਆਦਾ ਪ੍ਰਾਪਤ ਨਹੀਂ ਹੈ? ਪੁਰਾਤਨ ਸਮੇਂ ਦੀ ਮਰਿਆਦਾ ਹੈ। ਉੱਥੇ ਦਾ ਇੱਤਰ ਵੀ ਵਰਤੇ ਜਾਂਦੇ ਨੇ ਸੁਗੰਧੀ ਦੇ ਲਈ, ਚੰਦਨ ਦਾ ਤਿਲਕ ਵੀ ਲਗਾਇਆ ਜਾਂਦਾ ਹੈ ਸੁਗੰਧੀ ਦੇ ਲਈ। ਨਹੀਂ ਫਿਰ ਇਹ ਵੀ ਰਿਟਰਨ ਦੇ ਵਿੱਚ ਹੈਗੀ ਹੈ ਮਰਿਆਦਾ ਆਰਤੀ ਕਰਨੀ? ਹਰੇਕ ਜਗ੍ਹਾ ਦੀ ਆਪੋ ਆਪਣੀ ਇੱਕ ਮਰਿਆਦਾ ਹੋਈ ਹੈ ਜੀ। ਤੁਸੀਂ ਸਾਊਥ ਵਾਲੇ ਪਾਸੇ ਚਲੇ ਜਾਓ, ਚੇਨਈ ਵਾਲੇ ਪਾਸੇ ਚਲੇ ਜਾਓ, ਉਹ ਸਾਰਿਆਂ ਤੋਂ ਹਿੰਦੁਸਤਾਨ ਦਾ ਸਭ ਤੋਂ ਜਿਹੜਾ ਐਜੂਕੇਟਡ ਇਲਾਕਾ ਹੈ। ਲੇਕਿਨ ਉੱਥੇ ਜਿੰਨੇ ਮਰਜ਼ੀ ਪੱਕੇ ਘਰ ਨੇ, ਉਹਨਾਂ ਦੇ ਘਰਾਂ ਦੇ ਬਾਹਰ ਇੱਕ ਤੁਲਸੀ ਦਾ ਪੌਦਾ, ਇੱਕ ਨਿੰਮ ਅਤੇ ਹਲਦੀ ਦਾ ਪਾਣੀ ਦਾ ਪੋਚਾ ਜ਼ਰੂਰ ਮਾਰਿਆ ਜਾਂਦਾ ਹੈ। ਉਹ ਮਰਿਆਦਾ ਨਹੀਂ, ਉੱਥੇ ਦਾ ਕਲਚਰ ਹੈ। ਇਸ ਹਿਸਾਬ ਦੇ ਨਾਲ ਤੁਸੀਂ ਜਦੋਂ ਹਜ਼ੂਰ ਸਾਹਿਬ ਚਲੇ ਜਾਓਗੇ, ਉੱਥੇ ਜਦੋਂ ਤੁਹਾਨੂੰ ਸਤਿਕਾਰ ਵਜੋਂ ਆਪਣੇ ਘਰ ਦੇ ਵਿੱਚ ਮਹਿਮਾਨ ਦੇ ਤੌਰ 'ਤੇ ਬੁਲਾਇਆ ਜਾਏਗਾ, ਅਤੇ ਉੱਥੇ ਤੁਹਾਨੂੰ ਤਿਲਕ ਕਰਕੇ ਆਰਤੀ ਉਤਾਰ ਕੇ ਤੁਹਾਨੂੰ ਅੰਦਰ ਬੁਲਾਇਆ ਜਾਏਗਾ ਕਿ ਤੁਸੀਂ ਪ੍ਰਭੂ ਦਾ ਰੂਪ ਹੋ। ਉਹ ਆਪਣੇ ਵੱਲੋਂ ਉਹਨਾਂ ਦੀ ਭਾਵਨਾ ਇਹ ਕਹਿੰਦੀ ਹੈ। ਅੱਛਾ, ਮਤਲਬ ਉੱਥੇ ਦੀ ਇਹ ਪਰੰਪਰਾ ਹੈ, ਪਰੰਪਰਾ ਥਾਲੀ ਵਿੱਚ ਆਰਤੀ ਕਰਨੀ ਜੀ। ਫਿਰ ਇਹ ਮਹਾਰਾਜ ਦੀ ਮਤਲਬ ਦਾ ਹੀ ਮਰਿਆਦਾ ਹੈਗੀ ਉਹਦੇ? ਮਹਾਰਾਜ ਨੇ ਤਾਂ ਹਰੇਕ ਚੀਜ਼ ਦਾ ਖੰਡਨ ਕੀਤਾ ਹੈ। ਸਿੰਪਲ ਫਿਰ ਉਹਨਾਂ ਨੇ ਆਪਣੀ ਪਰੰਪਰਾ ਚਲਾਈ ਹੋਈ ਹੈ, ਪਰੰਪਰਾ ਜੋ ਜਿਸ ਸਮੇਂ ਸਤਿਗੁਰ ਉੱਥੇ ਗਏ ਨੇ, ਉਹਨਾਂ ਨੇ ਸਤਿਗੁਰ ਦੀ ਆਰਤੀ ਕੀਤੀ ਹੈ, ਉਸ ਹਿਸਾਬ ਦੀ ਉਹ ਅੱਜ ਵੀ ਉੱਥੇ ਕਰਦੇ। ਤੁਸੀਂ ਦੁਸਹਿਰਾ ਅਤੇ ਦੀਵਾਲੀ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਅਤੇ ਜਾਂ ਵਿਸਾਖੀ ਮੌਕੇ ਮੇਨ ਪੁਰਬਾਂ 'ਤੇ ਚਲੇ ਜਾਓ, ਉੱਥੇ ਜਦੋਂ ਨਗਰ ਕੀਰਤਨ ਨਿਕਲਦਾ, ਜਿਸ ਘਰ ਦੇ ਮੂਹਰੋਂ ਦੀ ਮਹਾਰਾਜ ਦਾ ਸਰੂਪ ਨਿਕਲਦਾ, ਹਰੇਕ ਘਰ ਮਹਾਰਾਜ ਦੇ ਆਰਤੀ ਦਾ ਥਾਲ ਸਜਾ ਕੇ ਮਹਾਰਾਜ ਸਾਹਮਣੇ ਆਉਂਦਾ, ਔਰ ਮਹਾਰਾਜ ਦੀ ਜਿਹੜੀ ਆਰਤੀ ਉਤਾਰ ਕੇ ਉਹ ਆਰਤੀ ਨੂੰ ਸਤਿਕਾਰ ਵਜੋਂ ਦੀਵਾ ਜਿਹੜਾ ਹੈ ਆਪਣੇ ਘਰ ਦੇ ਵਿੱਚ ਸੁਣਾਈ ਕੀਤੀ ਜਾਂਦੀ। ਉਹ ਇਹ ਮੰਨਦੇ ਨੇ ਕਿ ਪਰਮੇਸ਼ਰ ਦੀ ਆਰਤੀ ਉਤਾਰਨ ਤੋਂ ਬਾਅਦ ਜਿਹੜਾ ਇਹ ਦੀਵਾ ਹੈ, ਇਹ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇਡ ਲੈ ਕੇ ਆਊਗਾ। ਅੱਛਾ, ਹੁਣ ਜੋਤ ਦੇ ਬਾਰੇ ਵੀ ਖੰਡਨ ਕੀਤਾ ਜਾਂਦਾ, ਜੋਤ ਨਹੀਂ ਚਲਾਉਣੀ ਚਾਹੀਦੀ ਘਰੇ, ਜੋਤ ਚਲਾਉਣੀ ਚਾਹੀਦੀ ਹੈ ਮਰਿਆਦਾ ਇਸ ਬਾਰੇ ਵੀ? ਜੋਤ ਜਿਹੜੀ ਹੈ ਬਾਬਾ ਜੀ, ਕਿ ਅੱਜ ਦੇ ਟਾਈਮ 'ਤੇ ਅਸੀਂ ਸ਼ਹੀਦਾਂ ਦੇ ਨਾਮ ਦੀ ਬਾਲਦੇ ਹਾਂ, ਆਪਣੇ ਬਜ਼ੁਰਗਾਂ ਦੀ, ਆਪਣੇ ਵੱਡਿਆਂ ਦੀ ਯਾਦ ਦਾ ਦੀਵਾ ਬਾਲਣਾ ਕਿਤੇ ਖੰਡਨ ਨਹੀਂ ਹੈ ਇਸ ਚੀਜ਼ ਦਾ। ਪਰ ਕਹਿੰਦੇ ਗੁਰਮਤ ਦੇ ਵਿੱਚ ਨਹੀਂ ਹੈਗੀ ਜੋਤ ਬਾਲਣੀ, ਇਹ ਤਾਂ ਪੰਡਤਾਂ ਦਾ ਕੰਮ ਹੈ ਤੇ ਬ੍ਰਾਹਮਣਵਾਦ ਹੈ, ਤਾਂ ਬ੍ਰਾਹਮਣਵਾਦ ਹੈ ਤੇ ਬ੍ਰਾਹਮਣ ਤਾਂ ਸਾਹ ਵੀ ਲੈਂਦਾ ਇਸ ਹਵਾ ਦੇ ਵਿੱਚ, ਬ੍ਰਾਹਮਣ ਕੱਪੜੇ ਵੀ ਪਾਉਂਦਾ, ਬ੍ਰਾਹਮਣ ਰੋਟੀ ਵੀ ਖਾਂਦਾ, ਬ੍ਰਾਹਮਣ ਜਿਹੜਾ ਹੈ ਪਾਣੀ ਵੀ ਪੀਂਦਾ ਹੈ। ਮਹਾਰਾਜ ਨੇ ਸਾਨੂੰ ਜੇ ਮਨਾ ਕੀਤਾ ਤੇ ਸਤਿਗੁਰਾਂ ਨੇ ਸਿਰਫ ਸਾਨੂੰ ਵਹਿਮਾਂ ਭਰਮਾਂ ਤੋਂ ਮਨਾ ਕੀਤਾ,
ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮੰਨੈ ਕਹਿਣਾ ਆਨੈ। ਮਹਾਰਾਜ ਨੇ ਵੀ ਗੱਲ ਕਹੀ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਗੋੜ ਮੜੀ ਮਠ ਭੂਲ ਨਾ ਮੰਨੈ। ਅੱਜ ਤੱਕ ਤੁਸੀਂ ਇਹ ਦੇਖ ਲਓ ਕਿ ਕਿੰਨੇ ਸਿੱਖ ਨੇ ਜਿਹੜੇ ਮੁਸਲਮਾਨਾਂ ਦੀਆਂ ਕਬਰਾਂ 'ਤੇ ਜਾ ਕੇ ਮੱਥੇ ਟੇਕਦੇ ਨੇ, ਬਿਲਕੁਲ ਸਾਈਂ ਨਾਮ ਰੱਖਿਆ ਹੋਇਆ, ਸਾਈਂ ਬਣ ਕੇ ਬੈਠੇ ਹੋਏ ਨੇ। ਸਾਨੂੰ ਸਤਿਗੁਰਾਂ ਨੇ 700 ਸਾਲ ਦੀ, 1000 ਸਾਲ ਦੀ ਗੁਲਾਮੀ ਜਿਹੜੀ ਹੈ ਸਾਡੀ ਕੱਢੀ ਹੈ, ਸਾਡੇ ਗਲਾਂ ਵਿੱਚੋਂ ਲਾਹੀ ਹੈ। ਅਸੀਂ ਫਿਰ ਗੁਲਾਮ ਸਾਈਂ ਦੇ, ਗੁਲਾਮ ਫਲਾਂ ਦੇ, ਗੁਲਾਮ ਸਰਕਾਰ ਦੇ ਮਸਤ ਕਹਿ ਕਹਿ ਕੇ ਜਾਂਦੇ ਨੇ। ਜਿੱਥੇ ਸਾਫ਼ ਦਿਖ ਰਿਹਾ ਵੀ ਉੱਥੇ ਨਸ਼ਾ ਕੀਤਾ ਜਾ ਰਿਹਾ, ਸੁੱਟੇ ਪੀਤੇ ਜਾ ਰਹੇ ਨੇ, ਬਿਲਕੁਲ ਪੀਤੀਆਂ ਜਾ ਰਹੀਆਂ ਨੇ। ਅਤੇ ਉੱਥੇ ਸਿੱਖ ਸਾਡੇ ਗਾਤਰਿਆਂ ਵਾਲੇ ਕਈ ਬਾਬੇ ਵੀ ਸਾਡੇ ਉੱਥੇ ਜਾ ਕੇ ਉਹਨਾਂ ਵਿੱਚ ਬੈਠਦੇ ਨੇ। ਫਿਰ ਉੱਥੇ ਇਹ ਗੱਲ ਕਹਿੰਦੀ ਅਸੀਂ ਤਾਂ ਸਰਵ ਧਰਮ ਨੂੰ ਮੰਨਣ ਵਾਲੇ ਹਾਂ, ਜੇ ਸਰਵ ਧਰਮ ਨੂੰ ਮੰਨਣ ਵਾਲੇ ਹੋ ਤਾਂ ਫਿਰ ਉੱਥੇ ਗੁਰੂ ਨਾਨਕ ਦੀ ਗੱਲ ਕਿਉਂ ਨਹੀਂ ਛੇੜਦੇ? ਬਿਲਕੁਲ ਸਹੀ ਗੱਲ ਹੈ ਤੁਹਾਡੀ, ਉੱਥੇ ਗੁਰੂ ਨਾਨਕ ਦੀ ਗੱਲ ਛੇੜੋ ਨਾ। ਮਸਤਾਂ ਵਾਲੀ ਗੱਲ ਸ਼ੁਰੂਆਤ ਕਿੱਥੋਂ ਹੁੰਦੀ ਹੈ? ਗੁਰਦਾਸ ਮਾਨ ਤੋਂ ਸਭ ਤੋਂ ਪਹਿਲਾਂ ਜਾਂਦਾ ਹੁੰਦਾ ਸੀ ਪੈਸੇ ਦੇ ਲਾਲਚ ਕਰਕੇ। ਜਿਹੜਾ ਬਾਬਾ ਸੀਗਾ ਉਹ ਨੋਟਾਂ ਦੀ ਬੋਰੀ ਸੁੱਟਦਾ ਹੁੰਦਾ ਸੀਗਾ ਉਹਦੇ ਉੱਤੇ, ਪੈਸੇ ਦੇ ਲਾਲਚ ਜਾਂਦਾ ਹੁੰਦਾ ਸੀਗਾ। ਹੁਣ ਜਿਹੜਾ ਮੈਂ ਕਹਿੰਦਾ ਵੀ ਕੋਈ ਐਕਟਰ ਹੈ ਜਾਂ ਕੋਈ ਸਿੰਗਰ ਹੈ, ਉਹਨੂੰ ਲੋਕ ਜ਼ਿਆਦਾ ਫੋਲੋ ਕਰਦੇ ਨੇ। ਗੁਰਦਾਸ ਮਾਨ ਦਾ ਉਸ ਟਾਈਮ ਪੂਰਾ ਪ੍ਰਭਾਵ ਸੀਗਾ ਲੋਕਾਂ ਦੇ ਉੱਤੇ। ਗੁਰਦਾਸ ਮਾਨ ਜਾਣ ਲੱਗਿਆ ਉਹਦੇ ਵੱਲ ਦੇਖ ਕੇ ਹੋਰ ਸਿੰਗਰ ਵੀ ਜਾਣ ਲੱਗ ਗਏ, ਹੋਰ ਲੋਕ ਵੀ, ਆਮ ਜਨਤਾ ਵੀ ਜਾਣ ਲੱਗ ਗਈ। ਇੱਕ ਚੀਜ਼ ਇਹ ਨੋਟ ਕਰੋ ਨਾ ਕਿ ਜਿੰਨੇ ਵੀ ਮਤਲਬ ਕਿ ਚੱਲਦੀਆਂ ਨੇ ਆਪਣੇ ਕਵਾਲੀਆਂ ਨੇ ਜਾਂ ਹੋਰ ਹੈ ਜਾਂ ਕਿਸੇ ਦੇ ਉਸ ਮੇਲਾ ਲੱਗਣਾ ਹੈ ਪੀਰ ਦਾ, ਉੱਥੇ ਕੋਈ ਸੀ ਸੰਤ ਮੰਤ ਨੂੰ ਜਾਂ ਉਹਨਾਂ ਦੇ ਪੀਰ ਆਉਂਦਾ? ਕੋਈ ਕੋਈ ਮੁਸਲਮਾਨ ਪੀਰ ਆਉਂਦਾ? ਕੋਈ ਨਹੀਂ ਆਉਂਦਾ। ਉੱਥੇ ਕੌਣ ਜਾਂਦੇ? ਸਿਰਫ ਇੱਕ ਗਾਇਕ ਜਾਂਦੇ ਨੇ, ਗਾਇਕ ਜਾਂਦੇ ਨੇ, ਹੋਰ ਕੋਈ ਨਹੀਂ ਜਾਂਦਾ ਉੱਥੇ। ਅਤੇ ਉਹ ਜਿਹੜੀ ਪਬਲਿਕ ਹੈ ਉਹ ਕਿਹਨੂੰ ਸੁਣਨ ਜਾਂਦੀ? ਸਿਰਫ ਗਾਇਕਾਂ ਨੂੰ ਸੁਣਨ ਜਾਂਦੀ ਹੈ, ਗਾਇਕਾਂ ਨੂੰ ਦੇਖਣ ਵਾਸਤੇ ਜਾਂਦੀ ਹੈ, ਗਾਇਕ ਨੂੰ ਦੇਖਣ ਜਾਂਦੇ ਨੇ। ਬਿਲਕੁਲ ਸਹੀ ਜੀ, ਕਿਉਂਕਿ ਅੱਜ ਦਾ ਜਿਹੜਾ ਪ੍ਰਸੰਨ ਚੱਲ ਰਿਹਾ ਹੈ, ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦੀ ਹੈ ਪੰਕਤੀ ਕਿ ਜਿਹੜੇ ਚੇਲੇ ਹਨ ਉਹ ਘਰਾਂ ਵਿੱਚ ਬੈਠਣਗੇ, ਗੁਰੂ ਉਹਨਾਂ ਦੇ ਘਰਾਂ 'ਚ ਜਾਇਆ ਕਰਨਗੇ। ਅੱਜ ਵੀ ਚੇਲੇ ਸਾਜ ਵਜਾਉਂਦੇ, ਐਵੇਂ ਪੰਕਤੀ ਆਉਂਦੀ ਇੱਕ, ਇਹ ਵੀ ਆਉਂਦਾ। ਫਿਰ ਮਹਾਰਾਜ ਕਹਿੰਦੇ ਵਾਇਨ ਚੇਲੇ ਨੱਚਲ ਗੁਣ ਪੈ ਹਲਾਇਨ ਫੇਨ ਸਿਰ ਉੜਾ ਵੈ ਝਟਾ ਪਏ ਵੇਖਿਆ ਲੋਕ ਹਸਾਏ ਕਰ ਜਾਏ। ਉੱਥੇ ਕੀ ਕਰਦਾ? ਝਟ ਹੀ ਖਿਲਾਰਦੇ ਨੇ। ਇਹਦੇ ਅਰਥ ਕਰ ਲਓ ਸਿੱਧੇ, ਅੱਖਰੀ ਅਰਥ ਹੀ ਕਰ। ਹੁਣ ਇੱਥੇ ਇੱਕ ਹੋਰ ਗੱਲ ਹੈ, ਸਵਾਲ ਪੈਦਾ ਹੁੰਦਾ ਕਿ ਕਈ ਲੋਕ ਕਹਿੰਦੇ ਸਾਡੇ 'ਚ ਬਾਬਾ ਦੀਪ ਸਿੰਘ ਆਉਂਦੇ ਨੇ, ਸ਼ਹੀਦ ਸਿੰਘ ਆਉਂਦੇ ਨੇ, ਵੀ ਇਹ ਪਖੰਡ ਹੈ ਜਾਂ ਸੱਚੀ ਐਵੇਂ ਸ਼ਹੀਦੀ ਰੂਹਾਂ ਆਉਂਦੀਆਂ ਨੇ? ਮੈਂ ਕਹਿੰਦਾ ਜੇ ਆਉਂਦੇ ਨੇ ਤੇ ਉਹਨਾਂ ਨੇ ਤਾਂ ਬਾਬਾ ਦੀਪ ਸਿੰਘ ਦਾ ਤਾਂ ਸਿਰ ਵੱਢ ਕੇ ਤਲੀ ਧਰ ਕੇ ਤੇ ਉਹਨਾਂ ਨੇ ਕਾਰਜ ਕਰ ਲਿਆ ਸੀ ਆਪਣਾ। ਤੁਸੀਂ ਆਪਣਾ ਸਿਰ ਵੱਢੋ, ਸਿਰ ਵੱਢਣ ਦੀ ਛੱਡੋ, ਉਂਗਲੀ ਵੱਢ ਕੇ ਦਿਖਾ ਦਿਓ ਮੈਨੂੰ। ਮਤਲਬ ਸਾਫ ਸਾਫ ਪਖੰਡ ਕੀਤਾ ਜਾਂਦਾ ਹੈ ਬਾਬਾ ਜੀ। ਮੈਂ ਕੰਟਰੋਵਰਸ਼ਨ ਨਹੀਂ ਹੋਣਾ ਚਾਹੁੰਦਾ, ਚਾਹੇ ਤਾਂ ਉਹ ਸ਼ਹੀਦ ਸਿੰਘ ਨੇ, ਚਾਹੇ ਕੋਈ ਪੀਰ ਹੈ, ਅਤੇ ਚਾਹੇ ਕੋਈ ਦੇਵੀ ਦੇਵਤੇ ਨੇ, ਉਹ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਏ ਆ, ਇਸ ਸਰੀਰ ਵਿੱਚ ਕਿਵੇਂ ਆਉਣਗੇ? ਸਪੋਜ਼ ਕਰੋ ਉਦਾਹਰਣ ਦੇ ਤੌਰ 'ਤੇ ਤੁਹਾਨੂੰ ਪੁਲਿਸ ਦੇ ਵਿੱਚ DIG ਲਗਾ ਦਿੱਤਾ ਗਿਆ, DIG ਦੇ ਖੜਿਆਂ, DIG ਦੀ ਪੋਸਟ 'ਤੇ ਬੈਠਿਆਂ, ਤੁਸੀਂ ਹੌਲਦਾਰ ਜਾਂ ਸਿਪਾਹੀ ਦਾ ਕੰਮ ਕਰ ਲਓਗੇ? ਉੱਥੇ ਜਾ ਕੇ ਸਲੂਟ ਮਾਰ ਲਓਗੇ? ਕਿਉਂ? ਉੱਚੀ ਪੋਸਟ ਹੈ। ਫਿਰ ਉਹੀ ਤਾਂ ਗੱਲ ਹੈ, ਮਹਾਰਾਜ ਕਹਿੰਦੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕੱਤ ਨਾ ਲਾਗੀ ਵਾਰ। ਕਿ ਮੈਂ ਇਸੇ ਗੁਰਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਇਸ ਮਾਨਸ ਤੋਂ ਦੇਵਤੇ ਬਣਾ ਦਿੱਤਾ, ਤੇ ਉਹ ਦੇਵਤੇ ਬਣ ਕੇ ਵੀ ਇਸ ਲੋਥੜੇ ਵਿੱਚ ਹੀ ਆਉਣਗੇ, ਮਾਨਸ ਦੇ ਲੋਥੜੇ ਵਿੱਚ ਹੀ ਆਉਣਗੇ ਉਹ। ਬਿਲਕੁਲ। ਤੇ ਬਾਕੀ ਰਹੀ ਗੱਲ ਕਿ ਸ਼ਹੀਦਾਂ ਸਿੰਘਾਂ ਦੀ, ਉਹ ਤਾਂ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ। ਉਹ ਤਾਂ ਸਤਿਗੁਰ ਦੇ ਪਹਿਰੇਦਾਰ ਨੇ,
ਉਹ ਸਾਡੇ ਵਿੱਚ ਕਿੱਥੇ ਆਉਣਗੇ? ਹੁਣ ਜਿਵੇਂ ਵਿਚਾਰ ਕੀਤੀ ਆਪਾਂ ਵੀ ਸਾਰਿਆਂ ਦੀ ਅਲੱਗ ਅਲੱਗ ਮਰਿਆਦਾ, ਫਿਰ ਉਹ ਇੰਨਾ ਟਾਈਮ ਹੋ ਗਿਆ ਜਿਵੇਂ ਤੁਸੀਂ ਦੱਸਿਆ ਕਿ ਅੰਗਰੇਜ਼ਾਂ ਤੋਂ ਬਾਅਦ ਸਾਰੀ ਮਰਿਆਦਾ ਵੱਖਰੀ ਵੱਖਰੀ ਹੋ ਗਈ ਹੈ ਨਾ, ਮੰਤਾ ਗਈ ਅਤੇ ਉਹਨਾਂ ਨੇ ਸਾਰੀ ਮਰਿਆਦਾ ਵੱਖਰੀ ਕਰਤੀ, ਫਿਰ ਇੱਕ ਹਜੇ ਤੱਕ ਇੱਕ ਕਿਉਂ ਨਹੀਂ ਹੋਈ ਮਰਿਆਦਾ ਪੰਥ? ਬਾਬਾ ਜੀ ਮੈਂ ਇੱਕ ਗੱਲ ਕਹਿੰਦਾ, ਪੰਥ ਇਕੱਠਾ ਹੋਇਆ, ਪੰਥ ਹੀ ਇਕੱਠਾ ਹੋ ਰਿਹਾ। ਨੈਨ ਸਿੰਘ ਕਹਿੰਦੇ ਅਸੀਂ ਪੰਥ ਹਾਂ, ਦੂਜੇ ਸੰਪਰਦਾਇ ਵਾਲੇ ਕਹਿੰਦੇ ਅਸੀਂ ਪੰਥ ਹਾਂ। ਜਿਸ ਦਿਨ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਸਾਰਾ ਪੰਥ ਇਕੱਠਾ ਹੋ ਜਾਏਗਾ ਨਾ, ਸਾਨੂੰ ਕੋਈ ਵੀ ਮਾਰਨ ਵਾਲਾ। ਬਚਪਨ 'ਚ ਸਾਨੂੰ ਕਹਾਣੀ ਸੁਣਾਈ ਜਾਂਦੀ ਸੀਗੀ, ਪਿਓ ਦੇ ਬੱਚੇ ਸੀਗੇ, ਚਾਰ ਡੰਡੇ ਲੈ ਕੇ ਕਹਿੰਦਾ ਇੱਕ ਇੱਕ ਤੋੜੋ, ਤੋੜ ਦਿੱਤੇ, ਜਦੋਂ ਇਕੱਠੇ ਕਰਦੇ ਕਹਿੰਦਾ ਹੁਣ ਤੋੜੋ, ਪੁੱਟੇ ਨਹੀਂ। ਬਾਬਾ ਜੀ ਅੱਜ ਜੇ ਸਾਨੂੰ ਮਾਰ ਪੈਂਦੀ ਪਈ ਹੈ ਨਾ, ਅਤੇ ਅਜੇ ਇਸੇ ਕਰਕੇ ਪੈਂਦੀ, ਅਸੀਂ ਅਲੱਗ ਅਲੱਗ ਹਾਂ। ਅਸੀਂ ਆਪਣੇ ਵਿੱਚ ਇਹ ਗੱਲ ਕਹਿ ਦਿੰਦੇ ਹਾਂ, ਅਸੀਂ ਨਿਰਮਲ ਹਾਂ, ਅਸੀਂ ਉਦਾਸੀ ਹਾਂ, ਅਸੀਂ ਨੀਲਧਾਰੀ ਹਾਂ, ਅਸੀਂ ਨਾਰੰਗਸਰ ਵਾਲੇ ਹਾਂ, ਅਸੀਂ ਜਿਹੜਾ ਨਾਮਧਾਰੀ ਹਾਂ, ਅਸੀਂ ਮਸਾਂ ਸਾਹਿਬ ਸੰਪਰਦਾਇ ਨੂੰ ਮੰਨਦੇ ਹਾਂ, ਅਸੀਂ ਫਲਾਣੀ ਸੰਪਰਦਾਇ ਨੂੰ ਮੰਨਦੇ ਹਾਂ, ਅਸੀਂ ਅਲੱਗ ਅਲੱਗ ਹਾਂ। ਜਿਸ ਦਿਨ ਅਸੀਂ ਇਕੱਠੇ ਹੋ ਗਏ ਨਾ, ਇਹ ਕਹੇਗਾ ਮੈਂ ਤਾਂ ਜੀ ਬਾਬਿਆਂ ਨੂੰ ਮੰਨਦਾ ਹੀ ਨਹੀਂ, ਮੈਂ ਤਾਂ ਇਕੱਲੇ ਸ਼੍ਰੋਮਣੀ ਕਮੇਟੀ ਨੂੰ ਮੰਨਦਾ। ਭਾਈ ਤੈਨੂੰ ਕਿੰਨੇ ਕਿਹਾ ਬਾਬਿਆਂ ਨੂੰ ਮੰਨ ਜਾਂ ਸ਼੍ਰੋਮਣੀ ਕਮੇਟੀ ਨੂੰ ਮੰਨ, ਬਾਬਿਆਂ ਨੇ ਕਿਹਾ ਸਾਨੂੰ ਮੰਨ? ਉਹ ਤਾਂ ਬਾਬਾ ਜੀ ਦਾ ਖੁਦ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਬਿਲਕੁਲ, ਜੇ ਕਿਸੇ ਨੂੰ ਤੁਸੀਂ ਅੱਜ ਦੇ ਟਾਈਮ 'ਤੇ ਅੰਮ੍ਰਿਤਪਾਨ ਕਰਕੇ ਆਏ, ਉਹਨੂੰ ਪੁੱਛ ਲਓ ਭਾਈ ਕਿੱਥੋਂ ਅੰਮ੍ਰਿਤਪਾਨ ਕਰਕੇ ਆਇਆ, ਉਹ ਪਤਾ ਇਹ ਨਹੀਂ ਕਹੂਗਾ ਕਿ ਮੈਂ ਬਾਜਾਂ ਵਾਲੇ ਦਾ ਅੰਮ੍ਰਿਤਪਾਨ ਕੀਤਾ ਹੈ। ਅਗਲੇ ਕਹੇਗਾ ਮੈਂ ਦੁਖਣਾ ਸਾਹਿਬ ਤੋਂ ਅੰਮ੍ਰਿਤਪਾਨ ਕਰਕੇ ਆਇਆ, ਕੋਈ ਕਹੇਗਾ ਮੈਂ ਹਜ਼ੂਰ ਸਾਹਿਬ ਤੋਂ ਅੰਮ੍ਰਿਤਪਾਨ ਕਰਕੇ, ਕੋਈ ਕਹੇਗਾ ਮੈਂ ਆਨੰਦਪੁਰ ਸਾਹਿਬ ਤੋਂ, ਫਲਾਣੇ ਬਾਬੇ ਦਾ ਅੰਮ੍ਰਿਤਪਾਨ ਕਰਕੇ। ਕਦੀ ਕਿਸੇ ਨੇ ਗੱਲ ਕਹੀ ਹੈ ਕਿ ਮੈਂ ਬਾਜਾਂ ਵਾਲੇ ਦਾ ਅੰਮ੍ਰਿਤਪਾਨ ਕੀਤਾ ਹੈ? ਸਹੀ ਗੱਲ ਹੈ। ਜੇ ਦਲਾਂ ਪੰਥਾਂ ਦੇ ਵਿੱਚ ਵੀ ਚਲੇ ਜਾਈਏ, ਮੈਂ ਵਿਚਰਦਾ ਦਲਾਂ ਪੰਥਾਂ ਵਿੱਚ ਵੀ, ਉੱਥੇ ਵੀ ਕਹਿਣਗੇ ਜੀ ਅਸੀਂ ਵੱਡੇ ਦਲ ਦੇ ਦਲ ਦਾ ਅੰਮ੍ਰਿਤਪਾਨ ਕੀਤਾ, ਅਸੀਂ ਤਰਨੇ ਦਲ ਦਾ ਅੰਮ੍ਰਿਤਪਾਨ ਕੀਤਾ। ਗੱਲ ਕੌੜੀ ਹੈ, ਲੱਗੇਗੀ, ਮੈਨੂੰ ਪਤਾ ਕਿ ਮੇਰੇ 'ਤੇ ਆਉਣਗੇ, ਮੇਰੇ ਕੋਲ ਵੀ ਆਉਣਗੀਆਂ ਇਹ ਗੱਲਾਂ, ਪਰ ਉਹ ਕਦੀ ਇਹ ਗੱਲ ਕਹਿੰਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੰਮ੍ਰਿਤਪਾਨ ਲਿਆ, ਪੰਜ ਪਿਆਰਿਆਂ ਤੋਂ ਜਿਹੜੀ ਹੈ ਪੋਹਲ ਲਈ ਹੈ ਮੈਂ। ਬਿਲਕੁਲ ਸੱਚ ਹੈ ਗੱਲ, ਕਦੀ ਨਹੀਂ ਕਹਿੰਦੇ, ਕਦੀ ਨਹੀਂ ਕਹਿੰਦੇ, ਕਿਉਂਕਿ ਸਾਡੀ ਮਾਨਸਿਕਤਾ ਜਿਹੜੀ ਹੈ ਨਾ, ਉਹ ਜਿਹੜੀ ਕੇਂਦਰਿਤ ਸਤਿਗੁਰੂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਣ ਵਕਤ ਗੁਰੂ ਗ੍ਰੰਥ ਸਾਹਿਬ 'ਤੇ ਕੇਂਦਰਿਤ ਕੀਤੀ ਸੀ ਨਾ, ਅਸੀਂ ਉਹ ਖੰਡਾ ਲਈ। ਅਸੀਂ ਕਿਉਂ ਖੰਡਾ ਲਈ? ਰੋਟੀਆਂ ਕਾਰਨ ਪੂਰੇ ਤਾਂ। ਤੁਸੀਂ ਇੱਕ ਚੀਜ਼ ਦੇਖੋਗੇ, ਅੱਜ ਦੇ ਕਈ ਪ੍ਰਚਾਰਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਹੈ ਇੱਕ ਕਿਤਾਬ ਦੀ ਤਰ੍ਹਾਂ ਹੀ ਦੇਖਦੇ ਨੇ। ਤੁਸੀਂ ਗੁਰਦੁਆਰਿਆਂ 'ਚ ਚਲੇ ਜਾਓ, ਮਹਾਰਾਜ ਦੇ ਸੁਖਾਸਨ ਇਸ ਹਿਸਾਬ ਨਾਲ ਕਿਤੇ ਹੁੰਦੇ ਨੇ ਜਿਵੇਂ ਇੱਕ ਕਿਤਾਬ ਲਪੇਟ ਦੀ ਹੈ ਬਸ, ਸਤਿਕਾਰ ਹੀ ਨਹੀਂ ਹੈਗਾ। ਆਉਣ ਵਾਲੇ ਸਮੇਂ ਵਿੱਚ ਇੱਕ ਗੱਲ ਕਹਿ ਰਹੇ ਹਾਂ ਕਿ ਕਿਤੇ ਐਂ ਨਾਲ ਕਰਨ ਤੁਰ ਜਾਣ ਜਿਵੇਂ ਮੁਸਲਮਾਨ ਕੁਰਾਨ ਨੂੰ, ਪੰਡਿਤ ਜੀ ਵੇਦ ਸ਼ਾਸਤਰਾਂ ਨੂੰ ਲਪੇਟ ਕੇ ਇਕੱਲੀ ਰੱਖ ਜਾਂਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਤੇ ਤਾਂ ਹੋ ਹੀ ਗਈ ਹੈ ਕਿ ਮਹਾਰਾਜ ਦੇ ਨਾਲ ਕਦੀ ਦੋ ਅਤੇ ਕਦੀ ਤਿੰਨ ਸਿੰਘ ਹੀ ਗੱਡੀ 'ਚ ਜਾ ਰਹੇ ਹੁੰਦੇ ਨੇ ਮਹਾਰਾਜ ਨੂੰ ਛੱਡਣ ਵਾਸਤੇ, ਕਦੇ ਨਾ ਹੋਣ ਕਿ ਮਹਾਰਾਜ ਇਕੱਲੇ ਹੀ ਤੁਰੇ ਫਿਰਨ। ਸਹੀ ਗੱਲ ਹੈ, ਹੁਣ ਪੰਜ ਸਿੰਘ ਨਹੀਂ ਇਕੱਠੇ ਹੁੰਦੇ, ਘਰੇ ਪਾਠ ਕਰਵਾਉਣਾ ਹੋਵੇ ਤਾਂ ਪੰਜ ਜਾਣੇ ਦੇਖ ਰਹੇ ਹੁੰਦੇ ਨੇ ਲੋਕ ਵੀ, ਪੰਜ ਕਿੱਥੋਂ ਇਕੱਠੇ ਪੂਰੇ ਕਰੀਏ ਬੰਦੇ। ਅਤੇ ਸਾਡੇ ਵਿੱਚ ਇੱਕ ਨਵੀਂ ਮਰਿਆਦਾ ਤੁਰ ਗਈ ਹੈ, ਬੱਚੇ ਵਾਂਗੂ ਅਸੀਂ ਸਤਿਗੁਰਾਂ ਨੂੰ ਆਪਣੇ ਪੱਟ 'ਤੇ ਬਿਠਾ ਕੇ ਲਿਆਉਂਦੇ ਹਾਂ ਗੱਡੀਆਂ ਦੇ ਵਿੱਚ, ਗੱਡੀ ਵਿੱਚ ਕਿ ਕਿੱਥੇ ਦੀ ਮਰਿਆਦਾ ਆ ਜਾਂਦੀ ਹੈ। ਪੱਟ 'ਤੇ ਵੀ ਰੱਖਣਾ ਚਾਹੀਦਾ, ਕਿਉਂ? ਪੱਟ 'ਤੇ ਬਾਬਾ ਜੀ, ਪੱਟ 'ਤੇ ਕੌਣ ਬਹਿੰਦਾ? ਸਾਡਾ ਹੇਠਲਾ ਧੜ ਕਿਹੜੇ ਪਾਸੇ ਨੂੰ ਕੰਮ ਕਰਦਾ ਹੈ? ਇੱਕ ਸਮਾਂ ਉਹ ਵੀ ਸੀਗਾ ਜਦੋਂ ਖਾਲਸੇ ਨੇ ਪਿੱਠ 'ਤੇ ਵੀ ਮਹਾਰਾਜ ਦਾ ਸਰੂਪ ਲਿਆ, ਪਿੱਠ ਉੱਪਰ ਸਰੂਪ ਲੈ ਕੇ ਘੋੜੇ 'ਤੇ ਸਵਾਰ ਹੋਣਾ, ਉੱਪਰ ਢਾਲਾਂ ਬੰਨਣੀਆਂ ਮਹਾਰਾਜ 'ਤੇ, ਦੋਨੋਂ ਹੱਥਾਂ ਨਾਲ ਸ਼ਸਤਰ ਘੁਮਾਉਂਦੇ ਹੋਏ ਜੰਗ ਦੇ ਮੈਦਾਨੇ, ਜੰਗ 'ਚੋਂ ਮਿਸਲਾਂ ਦੇ ਟਾਈਮ 'ਤੇ ਉਹ ਵੀ ਨਿਕਲਦੇ ਰਹੇ ਨੇ, ਇਹਨੇ ਕਿ ਨਹੀਂ ਨਿਕਲੇ। ਪਰ ਜਿਵੇਂ ਜਿਵੇਂ ਸਮਾਂ ਬਦਲਿਆ,
ਉਵੇਂ ਸਾਰਾ ਕੁਛ ਬਦਲਿਆ। ਇੱਕ ਟਾਈਮ ਉਹ ਸੀਗਾ ਜਦੋਂ ਅਖੰਡ ਪਾਠ ਹੁੰਦਾ ਸੀਗਾ, ਸੂਰਜ ਚੜ੍ਹਨ ਦੇ ਵਕਤ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਸੀਗੀ, ਸੂਰਜ ਅਸਤ ਹੋਣ ਦੇ ਨਾਲ ਅਖੰਡ ਪਾਠ ਸਾਹਿਬ ਦਾ ਭੋਗ ਪਾ ਦਿੱਤਾ ਜਾਂਦਾ ਸੀ, ਅਗਲੇ ਦਿਨ ਫਿਰ ਆਰੰਭ ਕਰ ਲਿਆ ਜਾਂਦਾ ਸੀ ਉੱਥੋਂ ਦੇ ਅਗਲੇ ਅੰਗ ਤੋਂ, ਜਿੱਥੇ ਸਮਾਪਤ ਹੋਈ ਉੱਥੇ ਭੋਗ ਪਾ ਲਿੱਤਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਮਾਰੇ ਦਾ ਪ੍ਰਕਾਸ਼ ਵੀ ਕੀਤਾ ਜਾਂਦਾ, ਦਸਮ ਗ੍ਰੰਥ ਦਾ ਤੁਹਾਡੇ ਸਥਾਨ 'ਤੇ ਵੀ ਹੁੰਦਾ, ਅਤੇ ਲੋਕ ਇੰਨਾ ਵਿਰੋਧ ਕਿਉਂ ਕਰਦੇ ਦਸਮ ਬਾਣੀ ਦਾ? ਦਸਮ ਗ੍ਰੰਥ ਜੀ ਜਿਹੜੀ ਬਾਣੀ ਹੈ ਨਾ ਜੀ ਬਾਬਾ ਜੀ, ਇਹ ਬੇਰਸੀ ਬਾਣੀ ਹੈ। ਕੋਈ ਤਾਂ ਪਹਿਲਾਂ ਐਡਾ ਮਹਾਬਲੀ ਯੋਧਾ ਨਹੀਂ ਜੰਮੇਗਾ ਜਿਹੜਾ ਸ਼ੇਰਨੀ ਦਾ ਦੁੱਧ ਚੋਲੇ, ਜੇ ਚੋ ਵੀ ਲਏਗਾ, ਜੇ ਲੋਹੇ ਦੇ ਭਾਂਡੇ ਵਿੱਚ ਪਾ ਦੋਗੇ ਉਹ ਵੀ ਪੱਟ ਜਾਏਗਾ, ਉਹ 'ਚ ਇੰਨੀ ਤਾਕਤ ਹੁੰਦੀ ਹੈ। ਜੇ ਸ਼ੇਰਨੀ ਦਾ ਦੁੱਧ ਬੰਦਾ ਪੀ ਲਵੇ ਤਾਂ ਬੰਦੇ ਦੀ ਮੌਤ ਹੋ ਜਾਏਗੀ, ਉਸੇ ਸੋਨੇ ਦੇ ਭਾਂਡੇ 'ਚ ਟਿਕਦਾ ਸ਼ੇਰਨੀ ਦਾ ਦੁੱਧ। ਗੁਰੂ ਗ੍ਰੰਥ ਸਾਹਿਬ ਜੋ ਮਹਾਰਾਜ ਜੋ ਹਨ, ਇਹ ਆਲ ਵਰਲਡ ਦੀ ਪ੍ਰੋਪਰਟੀ ਹੈ, ਇਹਨੂੰ ਕੋਈ ਵੀ ਆ ਕੇ ਪੜ੍ਹ ਸਕਦਾ ਹੈ, ਬੇਨਿਸ਼ਚਿੰਤਾ ਇਹਨੂੰ ਕੋਈ ਵੀ ਆ ਕੇ ਪੜ੍ਹ ਸਕਦਾ। ਲੇਕਿਨ ਦਸਮ ਗ੍ਰੰਥ ਜਿਹੜੀ ਪ੍ਰੋਪਰਟੀ ਹੈ, ਦਸਮ ਗ੍ਰੰਥ ਸਾਹਿਬ ਮਹਾਰਾਜ ਹਨ, ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ, ਇਹ ਓਨਲੀ ਓਨ ਸਿਰਫ ਖਾਲਸੇ ਦੇ ਨੇ, ਇਹਦੇ 'ਚ ਦੂਜਾ ਕੋਈ ਆਪਣਾ ਅਧਿਕਾਰ ਨਹੀਂ ਜਮਾ ਸਕਦਾ, ਪੜ੍ਹ ਨਹੀਂ ਸਕਦਾ, ਪੜ੍ਹ ਸਕਦੇ ਨੇ ਪਰ ਅਧਿਕਾਰ ਨਹੀਂ ਜਮਾ ਸਕਦਾ, ਇਹ ਸਿਰਫ ਖਾਲਸੇ ਦੇ ਨੇ। ਫਿਰ ਇਹਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਵਿਰੋਧ ਕਰਨ ਦਾ ਕਰਨ ਵਾਲੇ ਵੀ ਸਿੱਖ ਹੀ ਨੇ। ਵਿਰੋਧ ਕਰਨ ਦਾ ਕਾਰਨ ਬਾਬਾ ਜੀ ਇਹੀ ਹੈ ਕਿ ਅਸੀਂ ਨਾ ਕੰਨਾਂ ਤੋਂ ਜੋ ਸੁਣ ਲਿਆ, ਬਸ ਅਸੀਂ ਉਸ ਚੀਜ਼ ਨੂੰ ਕੰਨਾਂ ਤੋਂ ਸੁਣ ਕੇ ਕੁਛ ਗੱਲਾਂ ਆਪਣੇ ਕੋਲੋਂ ਲਾ ਕੇ ਅਸੀਂ ਅੱਗੇ ਤੋਰ ਦਿੰਦੇ ਹਾਂ। ਮਹਾਰਾਜ ਦਾ ਇੱਕ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤਰਕ ਤਾਂ ਸਤਿਗੁਰ ਵੀ ਕਰਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰ ਨਜ਼ਰ ਕੇ ਤਾਂ ਖੁਸ਼ੀਆਂ ਆਉਣਗੀਆਂ। ਅਸੀਂ ਵਿਚਾਰ ਤਾਂ ਕਰਦੇ ਨਹੀਂ, ਪੜ੍ਹੇ ਤਾਂ ਹੈ ਨਹੀਂ, ਜੋ ਕਿਸੇ ਨੇ ਬੋਲ ਕੇ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਜੋ ਵੀ ਪਾ ਦਿੱਤਾ ਅਸੀਂ ਉਨਾ ਕੁ ਸੁਣ ਲਿਆ, ਸੁਣ ਕੇ ਉਹਦੇ ਕੋਲੋਂ ਚਾਰ ਗੱਲਾਂ ਆਪਣੇ ਕੋਲੋਂ ਲਾਈਆਂ, ਸਨਾ ਅੱਗੇ ਪਾ ਤੀਆਂ, ਉਸ ਤੋਂ ਅੱਗੇ ਪਾ ਤੀਆਂ, ਅਸੀਂ ਉਹਦੇ ਲਈ ਬੜਾ ਨੈਗੇਟਿਵ ਪੁਆਇੰਟ 'ਤੇ ਚਲੇ ਗਏ। ਕਈ ਤਾਂ ਇਹ ਵੀ ਇੱਥੇ ਤੱਕ ਵੀ ਗੱਲ ਕਹਿ ਦਿੰਦੇ ਜੀ, ਜੇ ਸ਼ਿਵਾ ਵਰ ਮੋਏ ਹੈ ਸ਼ੁਭ ਕਰ ਮਨ ਤੇ ਕਬ ਹੋ ਨਾ ਟਰੋ ਨਾ ਡਰੋ ਹਰ ਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ, ਕਿ ਮਹਾਰਾਜ ਸ਼ਿਵ ਜੀ ਦੇ ਪੁਜਾਰੀ ਸੀ, ਮਹਾਰਾਜ ਦੇਵੀ ਦੁਰਗਾ ਦੇ ਪੁਜਾਰੀ ਸੀ, ਮਹਾਰਾਜ ਨੇ ਕਿੱਥੇ ਲਿਖਿਆ ਮੈਂ ਪੁਜਾਰੀ ਹਾਂ? ਮਹਾਰਾਜ ਤਾਂ ਕਹਿੰਦੇ ਨਾਮ ਗਣੇਸ਼ਾ ਪ੍ਰਥਮ ਨਾਉ ਕਿਸ਼ਨ ਵਿਸ਼ਨ ਕਬ ਹੋ ਨਾ ਚਾਹੋ, ਕਾਨ ਸੁਣੇ ਪਹਿਚਾਨ 300 ਲਿਵ ਲਾਗੀ ਮੋਰੀ ਪਗੇ ਨਸੋ। ਮਹਾਰਾਜ ਕਹਿੰਦੇ ਮੈਂ ਕੰਨਾਂ ਤੋਂ ਤਾਂ ਮੈਂ ਕਦੀ ਇਹਨਾਂ ਨੂੰ ਸੁਣਿਆ ਤੱਕ ਨਹੀਂ, ਮਹਾਰਾਜ ਕਿਹਨੇ ਕਿੱਥੇ ਲਿਖਿਆ ਕਿ ਮਹਾਰਾਜ ਇਹਨਾਂ ਦੇ ਪੁਜਾਰੀ ਨੇ? ਫਿਰ ਗੁਰੂ ਸਾਹਿਬ ਨੇ ਦਸਮ ਗ੍ਰੰਥ ਦੇ ਵਿੱਚ ਰਾਮ ਕਥਾ ਕਿਉਂ ਕੀਤੀ ਹੈ? ਹਾਂ, ਮਹਾਰਾਜ ਨੇ ਇਕੱਲੀ ਰਾਮ ਕਥਾ ਹੀ ਨਹੀਂ, 24 ਅਵਤਾਰ ਲਿਖੇ ਨੇ ਮਹਾਰਾਜ ਨੇ। ਫਿਰ ਉਹ ਕਿਉਂ ਲਿਖੇ ਨੇ ਜੇ ਮਹਾਰਾਜ ਕਹਿੰਦੇ ਨੇ ਮੈਂ ਸੁਣਦਾ? ਮਹਾਰਾਜ ਖਾਲਸੇ ਨੂੰ ਹਰੇਕ ਚੀਜ਼ ਦਾ ਗਿਆਨ ਦਿੱਤਾ ਹੈ, ਚਾਰ ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 64 ਉਪਨਿਸ਼ੇਦ, 152 ਵਿਆਕਰਨ ਹਿੰਦੂ ਧਰਮ ਦੇ, ਉਹ ਸਾਰਿਆਂ ਦਾ ਗਿਆਨ ਮਹਾਰਾਜ ਨੇ ਆਪਣੇ ਖਾਲਸੇ ਨੂੰ ਦਿੱਤਾ, ਉਹਦੇ ਨੈਗੇਟਿਵ ਔਰ ਪੋਜ਼ਿਟਿਵ ਦੋਨੋਂ ਲਿਖੇ ਨੇ ਮਹਾਰਾਜ ਨੇ ਉਹਨਾਂ ਦੇ। ਮਹਾਰਾਜ ਨੇ ਸਭ ਕੁਛ ਲਿਖਿਆ, ਮਹਾਰਾਜ ਕਿਹੜੀ ਜੀ ਗੱਲ ਨਹੀਂ ਲਿਖੀ? ਮਹਾਰਾਜ ਨੇ ਉਹ ਖਾਲਸੇ ਨੂੰ ਗਿਆਨ ਦੇਣ ਵਾਸਤੇ ਲਿਖਤ ਲਿਖੀ ਹੈ ਕਿ ਖਾਲਸਾ ਜੀ ਜੇ ਕੱਲ੍ਹ ਨੂੰ ਤੁਹਾਨੂੰ ਕੋਈ ਪ੍ਰਸ਼ਨ ਕਰ ਦੇਵੇ ਤਾਂ ਤੁਸੀਂ ਇਸ ਗੱਲ ਦਾ ਜਵਾਬ ਇੱਥੋਂ ਦੇਵੋਗੇ,
ਹੁਣ ਕਈ ਨਿਹੰਗ ਸਿੰਘ ਨੇ ਉਹ ਬੈਠ ਕੇ ਹਿੰਦੂ ਸ਼ਾਸਤਰ ਦੀਆਂ ਗੱਲਾਂ ਕਰਦੇ ਨੇ, ਉਹ ਕਿੱਥੋਂ ਕਰਦੇ ਨੇ? ਉਹ ਦਸਮ ਗ੍ਰੰਥ ਤੋਂ ਕਰਦੇ ਨੇ ਪੜ੍ਹ ਕੇ। ਉਹ ਕਹਿੰਦੇ ਕਿ ਸਾਡੇ ਕੋਲ ਸਭ ਤੋਂ ਵੱਡਾ ਸਰੋਤ ਤਾਂ ਦਸਮ ਗ੍ਰੰਥ ਦਾ ਜਦੋਂ, ਤੇ ਸਾਨੂੰ ਪੜ੍ਹਨ ਤੋਂ ਮਨਾ ਕਿਉਂ ਕੀਤਾ ਜਾਂਦਾ ਹੈ? ਕਹਿੰਦੇ ਨੇ ਜੀ ਇਹਦੇ ਵਿੱਚ ਜਿਹੜਾ ਊਲ ਜਲੂਲ ਲਿਖਿਆ, ਇਹਦੇ ਵਿੱਚ ਮਹਾਰਾਜ ਚਤਰੋ ਪੱਖਿਆਂ ਲਿਖਿਆ। ਉਹ ਚਤਰੋ ਪੱਖਿਆਂ ਲਿਖਿਆ, ਮਹਾਰਾਜ ਨੇ ਆਪਣੇ ਪੁੱਤਰ ਨੂੰ ਇਹ ਵੀ ਗੱਲ ਕਹੀ ਹੈ ਕਿ ਭਾਈ ਤੂੰ ਇਹਨਾਂ ਤੋਂ ਬਚਣਾ ਕਿਵੇਂ ਹੈ? ਗੁਰੂ ਕੀ ਕਰਦਾ, ਉਹ ਜੇ ਕਿਸੇ ਨੂੰ ਤਲਵਾਰ ਚਲਾਉਣ ਦਾ ਹੁਨਰ ਦਿੰਦਾ ਨਾ, ਤਲਵਾਰ ਚਲਾਉਣ ਦਾ ਹੁਨਰ ਦਿੰਦਾ, ਤੇ ਉਹ ਤਲਵਾਰ ਦੇ ਵਾਰ ਤੋਂ ਬਚਣ ਦਾ ਵੀ ਹੁਨਰ ਦਿੰਦਾ। ਬਿਲਕੁਲ, ਕਿ ਤਲਵਾਰ ਤੋਂ ਬਚਣਾ ਕਿਵੇਂ ਹੈ, ਤਲਵਾਰ ਦੇ ਵਾਰ ਤੋਂ ਬਚਣਾ ਕਿਵੇਂ ਹੈ। ਜੇ ਤੁਹਾਨੂੰ ਪੜ੍ਹਾਈ ਕਰਾਈ ਜਾਂਦੀ ਹੈ, ਪੜ੍ਹਾਈ ਤੋਂ ਬਾਅਦ ਬਾਬਾ ਜੀ ਤੁਹਾਡੇ ਇੱਕ ਪੇਪਰ ਵੀ ਹੁੰਦਾ ਸਾਲ ਬਾਅਦ, ਉਸ ਤੋਂ ਪਹਿਲਾਂ ਦੋ ਪੇਪਰ ਹੁੰਦੇ ਨੇ, ਮੰਥਲੀ ਟੈਸਟ ਹੁੰਦੇ ਨੇ। ਉਹ ਕਾਹਦੇ ਵਾਸਤੇ ਹੁੰਦੇ ਨੇ? ਕਿ ਕਿਸੇ ਚੀਜ਼ 'ਚ ਵੀਕ ਨਾ ਰਹਿ ਜਾਓ। ਅਤੇ ਸਤਿਗੁਰਾਂ ਨੇ ਸਾਡੀ ਵੀਕਨੈਸ ਸਾਰੀਆਂ ਕੱਢੀਆਂ ਨੇ, ਸਾਡੀ ਕੋਈ ਵੀਕਨੈਸ ਪਾਈ ਨਹੀਂ ਹੈ। ਬਿਲਕੁਲ, ਸਾਡੇ ਪਿਓ ਨੇ ਸਾਡੇ ਵਿੱਚੋਂ ਵੀਕਨੈਸ ਕੱਢੀ ਹੈ। ਮਹਾਰਾਜ ਨੇ ਉਹਦੇ ਕਿਹਾ ਕਿ ਭਾਈ ਆਹ ਚੀਜ਼ਾਂ ਤੋਂ ਦੂਰ ਰਹਿਣਾ ਹੈ, ਇਹ ਬੰਦਿਆਂ ਤੋਂ ਦੂਰ ਰਹਿਣਾ ਹੈ, ਇਹੋ ਜਿਹੀ ਜਨਾਨੀ ਤੋਂ, ਇਹੋ ਜਿਹੇ ਪਰਿਵਾਰ ਤੋਂ ਦੂਰ ਰਹਿਣਾ ਜਿਹੜਾ ਕੱਲ੍ਹ ਨੂੰ ਤੁਹਾਨੂੰ ਔਖਾ ਕਰ ਦੇਵੇ। ਗੁਰੂ ਗ੍ਰੰਥ ਸਾਹਿਬ ਦੇ ਨਾਲ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਹੋਣ, ਸਾਡੇ ਉਹ ਇੰਨੀ ਵੱਡੀ ਤਾਕਤ ਹੈ। ਤੁਸੀਂ ਆਪ ਦੇਖੋ ਕਿ ਜਦੋਂ ਤੱਕ ਖਾਲਸਾ ਦਸਮ ਗ੍ਰੰਥ ਦੀ ਪੂਜਾ ਅਰਚਨਾ ਕਰਦਾ ਰਿਹਾ, ਪੜ੍ਹਦਾ ਰਿਹਾ, ਖਾਲਸੇ ਨੇ ਕਿਤੇ ਕੋਈ ਜੰਗ ਨਹੀਂ ਹਾਰੀ। ਮਿਸਲਾਂ ਦੇ ਟਾਈਮ 'ਤੇ ਚੱਪਾ ਚੱਪਾ ਰੋਟੀ ਦਾ ਵੀ ਖਾਧਾ, ਪਰ ਜੰਗ ਨਹੀਂ ਹਾਰੀ। ਮਾਵਾਂ ਨੇ ਟੋਟੇ ਕਰਾ ਕੇ ਬੱਚਿਆਂ ਦੇ ਗਲ 'ਚ ਹਾਰ ਪਵਾ ਲਿਆ, ਪਰ ਈਨ ਨਹੀਂ ਮੰਨੀ। ਅੱਜ ਦਾ ਸਮਾਂ ਕੀ ਹੈ? ਪਿਓ ਅੰਮ੍ਰਿਤਧਾਰੀ, ਪੁੱਤਰ ਸਿਰ ਮਨਾਈ ਫਿਰਦਾ, ਧੀ ਜਿਹੜੀ ਹੈ ਭਰਵੱਟੇ ਮੁੰਨੀ ਫਿਰਦੀ ਹੈ, ਸਿਰ ਮਨਾਈ ਫਿਰਦੀ ਹੈ, ਕੀ ਕਿਹੜੇ ਪਾਸੇ ਨੂੰ ਤੁਰ ਲਈ? ਉਹਦਾ ਕੀ ਕਾਰਨ ਕੀ ਹੈ? ਤੁਸੀਂ ਹਜ਼ੂਰ ਸਾਹਿਬ ਚਲੇ ਜਾਓ, ਹੈਦਰਾਬਾਦ ਚਲੇ ਜਾਓ, ਉੱਥੇ ਅੱਜ ਵੀ ਜਿਹੜਾ ਦਸਮ ਦਾ ਪ੍ਰਚਾਰ ਸਭ ਤੋਂ ਵੱਧ ਹੈ। ਉਹਦਾ ਪ੍ਰਚਾਰ ਸਭ ਤੋਂ ਵੱਧ ਹੋਣ ਦੇ ਨਾਲ ਉੱਥੇ ਦੇ ਛੋਟੇ ਛੋਟੇ ਢਾਈ ਢਾਈ ਸਾਲ ਦੇ ਬੱਚੇ ਜਿਹੜੇ ਨੇ ਖਿਡੌਣੇ ਨਹੀਂ ਖੇਡਦੇ, ਪਰ ਤਲਵਾਰਾਂ ਨਾਲ ਖੇਡਦੇ ਨੇ, ਉਹ ਬੰਦੂਕਾਂ ਨਾਲ ਖੇਡਦੇ ਨੇ ਉਹ। ਤੇ ਸਾਡੇ ਚਾਕੂ ਵੀ ਫੜਾ ਦੋ, ਹਾਏ ਹਾਈ ਹੋ ਜੂਗੀ, ਛੱਡਦੇ ਉਸਨੂੰ। ਕਿੱਥੇ ਗਈ ਸਾਡਾ ਖਾਲਸਾ ਪੰਥ? ਜਿਹੜਾ ਕਹਿੰਦੇ ਸੀ ਖੰਡੇ ਦੀ ਧਾਰ ਤੋਂ ਜੰਮਿਆ, ਤੇ ਅੱਜ ਸ੍ਰੀ ਸਾਹਿਬ ਪਾਉਣ ਵਕਤ ਹੀ ਕਈ ਵਾਰ ਦੇਖੀਦਾ ਕਿ ਆ 2 ਇੰਚ ਦੀ ਕਿਰਪਾਨ ਪਾ ਕੇ ਬੈਠੇ ਹੁੰਦੇ ਨੇ। ਕਈ ਆਉਂਦੇ ਨੇ ਸੰਗਤ ਵਿੱਚ, ਦੇਖੀਦੇ, ਦਰਸ਼ਨ ਕਰੀਦੇ ਨੇ, ਕਿ ਉਹਨੂੰ ਪੁੱਛਿਆ ਅੰਮ੍ਰਿਤ ਪਾਨ ਕੀਤਾ? ਹਾਂਜੀ ਬਾਬਾ ਜੀ ਅੰਮ੍ਰਿਤ ਪਾਨ ਕੀਤਾ ਹੈ। ਕਿਰਪਾਨ ਆ 2 ਇੰਚ ਦੀ ਬਹੁਤ ਹੈ। ਬਾਬਾ ਜੀ ਸਾਡੇ ਇਤਿਹਾਸ ਦੇ ਵਿੱਚ ਬੜਾ ਗੁੱਝਾ ਇਤਿਹਾਸ, ਬੜਾ ਡੂੰਘਾ ਇਤਿਹਾਸ, ਬੜਾ ਕੀਮਤੀ ਇਤਿਹਾਸ ਛੁਪਿਆ ਪਿਆ। ਇੱਕ ਸਮਾਂ ਉਹ ਸੀਗਾ ਜਦੋਂ ਅੰਗਰੇਜ਼ਾਂ ਨੇ ਖਾਲਸੇ ਦੇ ਡਰੋਂ ਕਿਰਪਾਨ ਜ਼ਬਤ ਕੀਤੀ, ਵੱਡੀ ਸ੍ਰੀ ਸਾਹਿਬ ਛੱਡ ਕੇ ਛੋਟੀ ਪਵਾਈ, ਛੋਟੀ ਤੋਂ ਫਿਰ ਕਪੀਰੇ 'ਤੇ ਆਏ, ਕਪੀਰੇ ਤੋਂ ਕੱਢ ਕੇ ਫਿਰ ਗਲੇ 'ਚ ਪਵਾਈ, ਉਸ ਦੇ ਨਾਲ ਵੀ ਖਾਲਸੇ ਨੇ ਉਹਨੂੰ ਝਟਕਾ ਦਿੱਤੇ ਅੰਗਰੇਜ਼। ਫਿਰ ਕੰਘੇ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਹੋਣਗੇ, ਕੰਘੇ ਦੇ ਵਿੱਚ ਇੱਕ ਪਾਸੇ ਖੰਡਾ ਅਤੇ ਇੱਕ ਪਾਸੇ ਕਿਰਪਾਨ, ਉਹ ਚਿੰਨ੍ਹ ਰਹਿਣ ਦਿੱਤਾ ਅੰਮ੍ਰਿਤਧਾਰੀ ਲਈ, ਉਹਦੇ ਲਈ ਵੀ ਇੱਕ ਮੋਰਚਾ ਲੱਗਿਆ ਸੀਗਾ। ਕੰਘੇ ਦੇ ਵਿੱਚ ਕਿਰਪਾਨ ਅਤੇ ਖੰਡੇ ਦਾ ਪ੍ਰਤੀਕ ਸੀਗਾ। ਤੁਸੀਂ ਹੁਣ ਵੀ ਚਲੇ ਜਾਓ, ਉਹਦੇ ਇੱਕ ਪਾਸੇ ਖੰਡਾ ਦੇ ਇੱਕ ਪਾਸੇ ਕਿਰਪਾਨ ਲੱਗੀ ਹੁੰਦੀ ਹੈ, ਉਹ ਅੰਮ੍ਰਿਤਧਾਰੀ ਦਾ ਪ੍ਰਤੀਕ ਰਹਿ ਗਿਆ ਸੀਗਾ ਕਿ ਅੰਮ੍ਰਿਤਧਾਰੀ ਹੈ ਬਸ। ਉਹਦੀ ਜੰਗ ਲੜੀ, ਸ੍ਰੀ ਸਾਹਿਬ ਵਾਪਸ ਲਈ, ਅਤੇ ਅੱਜ ਅਸੀਂ ਆਪਣੀ
ਸਵੇਚਾ ਨਾਲ ਹੀ ਤਲਵਾਰ ਨੂੰ ਤਿਆਗ ਕਰ ਰਹੇ ਹਾਂ। ਕੀ ਕਹਿ ਦਿੰਦੇ ਜੀ, ਅੱਜ ਕੱਲ੍ਹ ਵਿਚਾਰਾਂ ਦੀ ਜੰਗ ਹੈ, ਮੰਨ ਲੈਂਦੇ ਹਾਂ ਵਿਚਾਰਾਂ ਦੀ ਜੰਗ ਹੈ, ਅਤੇ ਫਿਰ ਤੁਸੀਂ ਐਡੀ ਐਡੀਆਂ ਮਸਾਲਾਂ ਅਤੇ ਬੰਦੂਕਾਂ ਰਿਵਾਲਵਰ ਅਗਨ ਸ਼ਸਤਰ ਕਿਉਂ ਬਣਾ ਰਹੇ ਹੋ? ਛੱਡੋ ਪਰਾਂ, ਕਾਹਦੇ ਵਾਸਤੇ? ਵਿਚਾਰਾਂ ਦੀ ਜੰਗ ਹੈ, ਵਿਚਾਰ ਕਰੋ। ਦੇਸ਼ ਦੇ ਫੌਜਾਂ ਬੈਠੀਆਂ ਨੇ ਦੇਸ਼ਾਂ ਦੇ ਬੋਰਡਰਾਂ 'ਤੇ, ਉੱਥੇ ਵਿਚਾਰਾਂ ਕਰ ਲਓ, ਵਿਚਾਰ ਕਰੋ ਉੱਥੇ, ਵਿਚਾਰਾਂ ਕਰੀਏ, ਕਿਉਂ ਲੈ ਕੇ ਬੈਠੇ ਹੋਏ ਨੇ ਸ਼ਸਤਰ? ਹਾਂਜੀ, ਫਿਰ ਜੇ ਤੁਸੀਂ ਸਰਕਾਰੀ ਦਰਬਾਰੋਂ ਤੁਹਾਨੂੰ ਕੋਈ ਮੈਡਲ ਕੋਈ ਤਗਮਾ ਮਿਲ ਜਾਵੇ, ਤੁਸੀਂ ਸਾਰਿਆਂ ਤੋਂ ਉੱਪਰ ਲਾ ਕੇ ਛਾਤੀ ਕੱਢ ਕੇ ਤੁਰੋਗੇ, ਮੈਨੂੰ ਮੈਡਲ ਮਿਲਿਆ, ਮੈਨੂੰ ਫਲਾਣੇ ਅਫਸਰ ਨੇ, ਫਲਾਣੇ ਮੰਤਰੀ ਨੇ ਮੇਰੇ ਆਹ ਕੰਮ 'ਤੇ ਆਹ ਮੈਡਲ ਦਿੱਤਾ, ਅਤੇ ਬਾਜਾਂ ਵਾਲੇ ਦਾ ਜਿਹੜਾ ਮੈਡਲ ਹੈ ਉਹਦੀ ਸ੍ਰੀ ਸਾਹਿਬ ਬਖਸ਼ੀ ਹੋਈ ਹੈ, ਬਨੈਣ ਦੇ ਅੰਦਰੋਂ ਹੇਠੋਂ ਪਾਈ ਹੁੰਦੀ, ਕਿਉਂ ਉੱਪਰ ਪਾਉਂਦੇ ਤੁਹਾਨੂੰ ਸ਼ਰਮ ਆਉਂਦੀ ਹੈ? ਕਈ ਪਾਠੀ ਸਿੰਘ ਆਉਂਦੇ, ਕਈ ਗ੍ਰੰਥੀ ਸਿੰਘ ਆਉਂਦੇ, ਕਈ ਕਥਾਵਾਚਕ ਆਉਂਦੇ ਨੇ, ਕਈ ਰਾਗੀ ਸਿੰਘ ਨੇ, ਕਈ ਬਾਬੇ ਵੀ ਨੇ ਸਾਡੇ, ਮੈਂ ਇਹ ਨਹੀਂ ਕਹਿੰਦਾ ਕਿ ਨਹੀਂ, ਉਹ ਵੀ ਵਿੱਚ ਹੀ ਨੇ, ਉਹ ਵੀ ਅੰਦਰ ਇੱਕ ਕੁੜਤੇ ਦੇ ਅੰਦਰ ਦੀ ਪਾਉਂਦੇ, ਕਿਉਂ ਉੱਪਰੋਂ ਦੀ ਪਾਉਂਦੇ? ਸ਼ਰਮ ਆਉਂਦੀ ਤੁਹਾਨੂੰ? ਉੱਪਰ ਦੀ ਪਾਓ, ਤੁਹਾਡੇ ਪਿਓ ਦਾ ਮੈਡਲ ਹੈ, ਪਤਾ ਚੱਲੇ ਕਿ ਹਾਂ ਤੁਸੀਂ ਅੰਮ੍ਰਿਤਧਾਰੀ ਹੋ, ਅੰਦਰ ਪਾਇਆ ਤਾਂ ਕੀ ਹੈ? ਅਖੀਰਲਾ ਸਵਾਲ ਮੇਰਾ, ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਹਾਡਾ ਕੀ ਵਿਚਾਰ ਹੈ? ਵਧੀਆ, ਮਹਾਰਾਜ ਦੀ ਸਿੱਖਿਆ ਅਨੁਸਾਰ ਉਹ ਅੰਮ੍ਰਿਤਪਾਨ ਕਰਾਉਂਦਾ ਹੈ, ਖਾਲਿਸਤਾਨ ਦਾ ਪ੍ਰਚਾਰ ਕੀਤਾ ਜਾਂਦਾ, ਖਾਲਿਸਤਾਨ ਜਾਇਜ਼? ਹੁਣੇ ਥੋੜ੍ਹੇ ਦਿਨ ਪਹਿਲਾਂ ਬਿਆਨ ਆਇਆ ਸੀਗਾ ਉਹਦੇ ਮਾਤਾ ਦਾ ਵੀ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ, ਪਰ ਅੰਦਰੋਂ ਜੇਲ੍ਹ 'ਚੋਂ ਬਿਆਨ ਦਿੱਤਾ ਅੰਮ੍ਰਿਤਪਾਲ ਸਿੰਘ ਨੇ, ਮੈਂ ਤਾਂ ਖਾਲਿਸਤਾਨ ਦੇ ਸਪੋਰਟ ਕਰਦਾ ਪੂਰੀ, ਫਿਰ ਮਾਤਾ ਵੱਲੋਂ ਗਲਤ ਬਿਆਨ ਦਿੱਤਾ ਗਿਆ। ਬਾਬਾ ਜੀ, ਤੁਸੀਂ ਕਿਸੇ ਸਮੇਂ ਨਾ ਜਿਹੜਾ ਹੈ ਪੰਜਾਬ ਦੇਸ਼ ਦਾ ਨਕਸ਼ਾ ਕੱਢਿਓ, ਆਪਾਂ ਪਹਿਲੇ ਸਵਾਲ 'ਤੇ ਪਹੁੰਚ ਗਏ ਵਾਪਸ, ਪੰਜਾਬ ਦੇਸ਼ ਦਾ ਨਕਸ਼ਾ ਕੱਢਿਓ, ਉਹ ਪੰਜਾਬ ਦੇਸ਼ ਦੇ ਨਕਸ਼ੇ ਦੇ ਵਿੱਚ ਦੇਖੋਗੇ ਕਿ ਵਿਭਾਜਨ ਹੀ ਬਟਵਾਰਾ ਹੀ ਪੰਜਾਬ ਦੇਸ਼ ਦਾ ਹੋਇਆ, ਹਿੰਦੁਸਤਾਨ ਦਾ ਹੋਇਆ ਹੀ, ਪੰਜਾਬ ਦਾ ਹੋਇਆ। ਹਿੰਦੁਸਤਾਨ ਜਿਹੜਾ ਅੰਗਰੇਜ਼ਾਂ ਦਾ ਰਾਜ ਸੀਗਾ ਉਹ ਸੀਗਾ ਦਿੱਲੀ ਤੋਂ ਪਰਲਾ ਏਰੀਆ, ਉਹਨਾਂ ਦੀ ਪਹਿਲੀ ਰਾਜਧਾਨੀ ਕਿਹੜੀ ਸੀਗੀ? ਕਲਕੱਤਾ। ਮਹਾਰਾਜਾ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਇਹ ਜਿਹੜੇ ਰਾਜੇ ਸੀਗੇ ਇਹਨਾਂ ਨੇ, ਇਹ ਅੰਗਰੇਜ਼ੀ ਰਾਜ ਵਿੱਚ ਮਿਲ ਗਏ, ਅੰਗਰੇਜ਼ੀ ਰਾਜ ਮਿਲਣ ਕਰਕੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਹੋਈ ਅਤੇ ਸਤਲੁਜ ਦਾ ਜਿਹੜਾ ਇਹ ਬੰਨ ਲੱਗਿਆ, ਸਤਲੁਜ ਦਾ ਉਧਰਲਾ ਏਰੀਆ ਜਿਹੜਾ ਉਹ ਖਾਲਸਾ ਰਾਜ, ਇੱਧਰਲਾ ਅੰਗਰੇਜ਼ੀ ਰਾਜ। ਜਿਸ ਸਮੇਂ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਸਮਾਪਨ ਹੁੰਦਾ ਹੈ, ਅੰਗਰੇਜ਼ ਰਾਜ ਵਿੱਚ ਵੜਦੇ ਨੇ ਗਦਾਰਾਂ ਦੀ ਵਜ੍ਹਾ ਨਾਲ, ਤਾਂ ਉਸ ਤੋਂ ਬਾਅਦ ਜਿਹੜੀ ਹੈ ਕਲਕੱਤੇ ਤੋਂ ਹਟਾ ਕੇ ਰਾਜਧਾਨੀ ਦਿੱਲੀ 'ਚ ਸਥਾਪਿਤ ਕੀਤੀ ਜਾਂਦੀ ਹੈ ਅੰਗਰੇਜ਼ਾਂ ਵੱਲੋਂ, ਉਦੋਂ ਸਥਾਪਿਤ ਹੁੰਦੀ ਹੈ। ਉਸ ਸਮੇਂ ਦੀ ਜਿਹੜੀ ਇਹ ਰਾਜਧਾਨੀ ਸਥਾਪਿਤ ਹੋਈ, ਦੇਸ਼ ਦਾ ਵਿਭਾਜਨ ਹੋਇਆ, ਉਦੋਂ ਪੰਜਾਬ ਰਾਜ ਕਿੱਥੇ ਸੀਗਾ? ਪੰਜਾਬ ਜਿਹਨੂੰ ਕਹਿੰਦੇ ਪੰਜਾਬ, ਪੰਜ ਰਾਜਾਂ, ਪੰਜਾਬ, ਪਟਿਆਲੇ ਰਿਆਸਤ ਦੇ ਘੋੜੇ ਹੀ ਜਿਹੜਾ ਗਾਜ਼ੀਆਬਾਦ ਤੱਕ ਦਾ ਪਾਣੀ ਪੀਂਦੇ ਸੀ, ਜਮੁਨਾ ਦਾ ਪਾਣੀ ਪੀਂਦੇ ਸੀਗੇ, ਉੱਪਰੋਂ ਦੀ ਹਿਮਾਚਲ ਪ੍ਰਦੇਸ਼, ਆਪਣਾ ਕਹਿ ਰਹੀਏ ਸ਼ਿਮਲਾ ਜਿਹੜਾ ਹੈ ਇਹ ਪਟਿਆਲੇ ਦੇ ਵਿੱਚ ਆਉਂਦਾ ਸੀਗਾ, ਚਹਿਲ ਪਟਿਆਲੇ ਵਿੱਚ ਆਉਂਦਾ ਸੀਗਾ, ਹੁਣ ਪਟਿਆਲੇ 'ਚੋਂ, ਪਟਿਆਲੇ ਪੰਜਾਬ 'ਚੋਂ ਕਿਹੜਾ ਗਿਆ? ਪਹਿਲਾਂ ਨਿਕਲਿਆ ਹਰਿਆਣਾ, ਦੂਜਾ ਹਿਮਾਚਲ ਨਿਕਲ ਗਿਆ। ਪੰਜਾਬ ਦੇ ਆਜ਼ਾਦ, ਦੇਸ਼ ਦੇ ਆਜ਼ਾਦ, ਪੰਜਾਬ ਦੇ ਦੋ ਵਿਭਾਜਨ ਹੋਣ ਤੋਂ ਬਾਅਦ ਪੰਜਾਬ ਦੇ ਦੋ ਵਿਭਾਜਨ ਹੋਰ ਕਰ ਦਿੱਤੇ, ਪੰਜਾਬ ਸੂਬਾ ਮੰਗਦੇ ਸੀਗੇ, ਸੂਬੜੀ ਲੈ ਕੇ ਬਹਿ ਗਏ, ਕਿੰਨਾ ਕੁ ਪੰਜਾਬ ਰਹਿ ਗਿਆ? ਸਵੇਰੇ ਵੇਲੇ ਕੋਲੇ ਸ਼ਾਮ ਨੂੰ ਖਤਮ ਹੋ ਜਾਂਦਾ, ਜਦਕਿ ਸਭ ਤੋਂ ਵੱਡਾ ਦੇਸ਼ ਪੰਜਾਬ ਸੀਗਾ।
ਖਾਲਸੇ ਦਾ ਰਾਜ ਸੀਗਾ। ਫਿਰ ਖਾਲਿਸਤਾਨ ਦੀ ਗੱਲ ਕਰਦੇ ਨੇ ਮਹਾਰਾਜ, ਤਾਂ ਗੱਲ ਕਹਿੰਦੇ ਨੇ ਕਿ 1,25,000 ਜਬ ਤੱਕ ਹੈ ਪਲੀਤਾ ਤਬ ਖਾਲਸਾ ਉਹਦੇ ਅਸਤਲੋ ਜੀਤਾ, ਜਿੱਥੋਂ ਦੀ ਸੂਰਜ ਚੜ੍ਹਦਾ ਹੈ ਜਿਹੜੇ ਦੇਸ਼ 'ਚ ਦਿਖਦਾ ਹੈ ਕਿ ਇਸ ਦੇਸ਼ 'ਚ ਉਦੇ ਹੋ ਰਿਹਾ। ਨੌਰਵੇ 'ਚ ਤਾਂ ਡੁੱਬਦਾ ਹੀ ਨਹੀਂ ਸੂਰਜ, ਤਾਂ ਚੜ੍ਹੇ ਹੀ ਰਹਿੰਦਾ, ਉਹ ਕੁਛ ਕੁ ਦਿਨ ਹੀ ਡੁੱਬਦਾ, ਅਜੇ ਤਾਂ ਦਿਨ ਰਾਤ ਉੱਥੇ ਸੂਰਜ ਦੀ ਰੋਸ਼ਨੀ ਰਹਿੰਦੀ ਹੈ। ਮਹਾਰਾਜ ਨੇ ਉਹਦੇ ਵਿੱਚ ਸਾਫ਼ ਗੱਲ ਕਿ ਵਿਜੇ ਸ਼ਾਂਤ ਲੰਕ ਲੂਟ ਲਾਓ, ਪਲਕ ਪੇਸ਼ ਖਾਨੇ ਚਲਾਓ, ਨਰਦ ਗਰਦ ਮੈਂ ਮਲਾਓ, ਜੋ ਮਤੇ ਅਭਿਮਾਨ ਗੇ, ਰੋਮ ਨੋਬਤ ਵਜਾਓ, ਸ਼ਾਮ ਮੋਹਰਾਂ ਚਲਾਓ, ਪਾਤਸ਼ਾਹੀ ਲੈ ਕਰਾਓ, ਤਖ਼ਤ ਸਾਚੇ ਸਾਹਿਬਾਨ ਕੇ, ਨਾ ਆਪ ਲੜੂ ਨਾ ਫੌਜ ਲਾਓ, ਭੱਟ ਬੀਰਨ ਸੇਤੀ ਬਾਂਧ ਮੰਗਾਓ, ਨਾ ਛੋਡੋ ਖਲਕ ਨਾ ਛੋਡੋ ਬਲ, ਪਰਬਤ ਕਾਟੋ ਈਰਾਨ ਖੁਰਾਸਾਨ ਕੇ, ਕਿੱਥੇ ਈਰਾਨ ਖੁਰਾਸਾਨ, ਮੱਕੇ ਤੋਂ ਪਰਾਂ ਚਲੇ ਜਾਂਦੇ ਨੇ, ਕਿੱਥੇ ਚਲੇ ਗਏ ਦੇਖ ਲਓ। ਮੇਰਾ ਨਾਂ ਗੁਰੂ ਗੋਬਿੰਦ ਸਿੰਘ, ਸੋਢੀ ਰਾਏ ਅਸ ਖਲੋਣਾ, ਸਭ ਖਲਕਤ ਬਾਂਧ ਸਾਜ ਮੰਗਾਓ, ਗੋਸ਼ੇ ਕਮਾਨ ਕੇ, ਨੀਚੇ ਲਿਖਿਆ ਹੁਕਮ ਸੱਤ, ਕਿ ਇਹ ਸੱਚ ਹੁਕਮ ਹੈ, ਇਹ ਮੇਰਾ ਹੁਕਮ ਹੈ। ਫਿਰ ਕਦੋਂ ਤੱਕ ਦਸਖਤ ਹੈ? ਸਮਾਂ ਤਾਂ ਲੱਗੇਗਾ ਬਾਬਾ ਜੀ ਹਰੇਕ ਚੀਜ਼ ਦਾ। ਕਲਯੁੱਗ ਦਾ ਬਾਲਪਨ ਸੀਗਾ, ਹੁਣ ਕਲਯੁੱਗ ਨੇ ਜਵਾਨੀ 'ਚ ਪੈਰ ਧਰਿਆ, ਹੁਣ ਜਵਾਨੀ ਵਾਲੇ ਪਾਸੇ ਤੁਰ ਪਿਆ। ਹੁਣ ਜਿੰਨਾ ਕੁਛ ਹੈ, ਤੁਸੀਂ ਇੱਕ ਗੱਲ ਦੇਖੋ, ਕਦੀ ਗੁਰਦੁਆਰੇ ਮੰਦਰਾਂ ਨੂੰ ਜਿੰਦੇ ਲੱਗੇ ਸੀਗੇ, ਹੁਣ ਦਿਨ ਦਿਹਾੜੇ ਮਹਾਰਾਜ ਨੂੰ ਸ਼ੀਸ਼ੇ 'ਚ ਬੰਦ ਕਰਕੇ ਰੱਖਿਆ ਜਾਂਦਾ ਹੈ, ਦੇਵੀ ਦੇਵਤਿਆਂ ਨੂੰ ਸ਼ੀਸ਼ਿਆਂ 'ਚ ਬੰਦ ਕਰਕੇ ਰੱਖਿਆ ਜਾਂਦਾ ਹੈ, ਟਾਈਮ ਬੰਨ ਦਿੱਤੇ। ਕਦੀ ਗੁਰਦੁਆਰਿਆਂ ਨੂੰ ਜਿੰਦਾ ਸੁਣਿਆ ਸੀਗਾ ਹਜ਼ੂਰ ਸਾਹਿਬ, ਕਦੀ ਜਿੰਦਾ ਉੱਥੇ ਦਰਵਾਜ਼ੇ ਹੀ ਨਹੀਂ ਲੱਗੇ ਹੋਏ, ਦਰਬਾਰ ਸਾਹਿਬ ਦਰਵਾਜ਼ੇ ਹੀ ਨਹੀਂ, ਕਿਉਂ ਨਹੀਂ ਹੈ? ਕਿਉਂਕਿ ਉੱਥੇ ਉਹਨਾਂ ਨੂੰ ਪਤਾ ਸੀਗਾ ਪੁਰਾਤਨ ਸਮੇਂ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ। ਹੁਣ ਕਲਯੁੱਗ ਦਾ ਪਸਾਰਾ ਹੋਇਆ, ਬਾਪ ਬੇਟੀ ਇਕੱਠੇ ਨਹੀਂ ਬਹਿ ਸਕਦੇ, ਭੈਣ ਭਰਾ ਨਹੀਂ ਇਕੱਠੇ ਬਹਿ ਸਕਦੇ, ਮਾਂ ਪੁੱਤ ਨਹੀਂ ਇਕੱਠੇ ਬਹਿ ਸਕਦੇ, ਉਹਨਾਂ 'ਚ ਵੀ ਕਾਮ ਦਾ ਜਿਹੜਾ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਅੰਸ਼ ਜਾਗਰਿਤ ਹੋ ਜਾਂਦਾ ਹੈ, ਕੋਈ ਨਾ ਕੋਈ ਇਹੋ ਜਿਹੀ। ਹੁਣ ਤੁਸੀਂ ਦੇਖਦੇ ਹੋ ਅੱਗੇ ਹੁੰਦਾ ਸੀ ਆ ਕਾਮ ਦਾ ਹੈ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ, ਹੁਣ ਇਹਦਾ ਨਵਾਂ ਵਰਜਨ ਆ ਗਿਆ, ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਹੋਰ ਕੀ ਹੈ ਵਟਸਐਪ, ਇਹ ਚੀਜ਼ਾਂ ਆ ਗਈਆਂ। ਇਹ ਚੀਜ਼ਾਂ ਬਾਬਾ ਜੀ ਜਦੋਂ ਤੱਕ ਅਸੀਂ ਮਹਾਰਾਜ ਦੀ ਬਾਣੀ ਤੋਂ ਟੁੱਟੇ ਰਹਾਂਗੇ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਦਸਮ ਗ੍ਰੰਥ ਸਾਹਿਬ ਮਹਾਰਾਜ ਤੋਂ ਟੁੱਟੇ ਰਹਾਂਗੇ, ਅਤੇ ਸਾਨੂੰ ਇਹ ਸਾਰਾ ਕੁਛ ਜਿਹੜਾ ਹੈ ਇੱਦਾਂ ਹੀ ਕਰਨਗੇ। ਆ ਸਾਡਾ ਕਦੇ ਰਾਜ ਨਹੀਂ ਆਉਣਾ, ਰਾਜ ਜੇ ਕਰਨਾ ਹੈ ਤਾਂ ਦਿਲਾਂ 'ਤੇ ਕਰੋ। ਮਹਾਰਾਜਾ ਰਣਜੀਤ ਸਿੰਘ ਨੇ ਜੇ ਰਾਜ ਕੀਤਾ ਤਾਂ ਉਹਨੇ ਖਾਲਸਾ ਰਾਜ ਕੀਤਾ ਜ਼ਰੂਰ ਹੈ, ਪਰ ਉਸਨੇ ਮੁਸਲਮਾਨ ਵੀ ਉਹਦੀ ਰਿਆਸਤ ਵਿੱਚ ਸੀਗੇ, ਹਿੰਦੂ ਵੀ ਸੀਗੇ, ਉਹਨਾਂ ਨੇ ਦਿਲਾਂ 'ਤੇ ਰਾਜ ਕੀਤਾ। ਤੁਸੀਂ ਇਹੋ ਜਿਹੇ ਕੰਮ ਕਰੋ ਕਿ ਦਿਲਾਂ 'ਤੇ ਰਾਜ ਕਰੋ, ਆਹਲੇ ਰਾਜ ਤਾਂ ਨਾਸ ਹੋ ਜਾਣੇ ਨੇ। ਰਾਜ ਕਰਨਾ ਹੈ ਅਤੇ ਦਿਲ 'ਤੇ ਕਰਕੇ ਦੇਖੋ। ਰਾਜਾ ਬਿਕਰਮ ਦਾ ਤਾਂ ਰਾਮ ਰਾਜ ਕਿਹਾ ਜਾਂਦਾ ਹੈ, ਪਰ ਕਿਸੇ ਨੇ ਰਾਮ ਰਾਜ ਦੇਖਿਆ ਨਹੀਂ ਹੈ। ਜੇ ਰਾਮ ਰਾਜ ਕਿਸੇ ਨੇ ਕਰਕੇ ਦਿਖਾਇਆ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ, ਜਿਹਦੇ ਵਿੱਚ ਕਹਿੰਦੇ ਕੁੱਤੇ ਦੇ ਗਲ ਵਿੱਚ ਸੋਨੇ ਦਾ ਪਟਾ ਪਾ ਕੇ ਰਾਜ ਵਿੱਚ ਛੱਡ ਦਿੱਤਾ ਗਿਆ, ਸਾਰਾ ਰਾਜ ਘੁੰਮ ਕੇ ਆ ਗਿਆ, ਪਰ ਉਹਦੇ ਕੁੱਤੇ ਦੇ ਗਲ 'ਚ ਸੋਨੇ ਦਾ ਪਟਾ ਨਹੀਂ ਸੀ ਕਿਸੇ ਨੇ ਲਾਇਆ। ਇਹਨੇ ਸੱਚੇ ਸੁੱਚੇ ਲੋਕ ਸੀਗੇ, ਅੱਡੇ ਸੱਚੇ ਸੁੱਚੇ ਲੋਕ ਸੀਗੇ, ਕੁੱਤੇ ਦੇ ਗਲ 'ਚੋਂ ਪਟਾ ਨਹੀਂ ਸੀ ਲਾਇਆ। ਅਤੇ ਹੁਣ ਤੁਸੀਂ ਦਿਨ ਦਿਹਾੜੇ ਕਿਸੇ ਔਰਤ ਦੇ ਗਲ ਵਿੱਚ ਪਤਲੀ ਜਿਹੀ ਸੋਨੇ ਦੀ ਚੈਨੀ ਕਿ ਨਕਲੀ ਸੋਨੀ ਚੈਨੀ ਪਾਈ ਹੋਵੇ ਤਾਂ ਉਹ ਵੀ ਖਿੱਚ ਕੇ ਲੈ ਜਾਂਦੇ ਨੇ, ਕਿੱਥੇ ਗਿਆ ਰਾਮ ਰਾਜ? ਹੁਣ ਤਾਂ ਸਿਰਫ ਕਹਿਣ ਦੀਆਂ ਗੱਲਾਂ ਰਹਿ ਗਈਆਂ। ਹੁਣ ਤਾਂ ਬਾਬਾ ਭਗਤ ਭਾਈ ਗੁਰਦਾਸ ਜੀ ਦੀ ਇੱਕ ਵਾਰ ਆਉਂਦੀ ਹੈ, ਉਹਦਾ ਇੱਕ ਸ਼ਬਦ ਹੈ, ਇੱਕ ਪੰਕਤੀ ਹੈ ਕਿ
ਰਾਜੇ ਪਾਪ ਕਮਾਉਂਦੇ ਉਲਟੀ ਉਲਟੀ ਵਾੜ ਖੇਤ ਕੋ ਖਾਏ। ਹੁਣ ਤਾਂ ਜਿਹੜੇ ਰਕਸ਼ਕ ਨੇ ਉਹ ਪਕਸ਼ਕ ਬਣੇ ਹੋਏ ਨੇ, ਹੁਣ ਹੋਰ ਕੁਛ ਵੀ ਨਹੀਂ। ਚਲੋ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡੇ ਸਾਡੇ ਚੈਨਲ 'ਤੇ ਆਉਣ ਦਾ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।